जेकर तुहाडा खेती नाल इंटरस्ट आ, खेती बारे तुसीं जानना चाहुंदे आ, तां बड़ियां ही कीमतियां बेशकीमती गल्लां इहनूं शुरू तों लैके एंड ताईं देखिओ। जिद्दां गोभी कैमिकल वाली आ जिहनूं दवाई पाउंदे आ, उठां नौं हफ्तिआं दे विच 1.5 किलो दो दा हो जांदा फुल, साडा भाई 12 हफ्ते बाद जाके भी 300-400 ग्राम दा हुंदा। ਤੋ ਪਹਿਲਾਂ ਅਖਰੋਟਾਂ ਦਾ ਦੱਸੋ ਬਾਈ ਜੀ, ਅਖਰੋਟ ਇਹ ਕਮਰਸ਼ੀਅਲੀ ਆ ਕਿ ਬਸ ਵੈਸੀ ਹੈ, ਸ਼ੌਂਕੀ ਆ ਲੱਗੇ ਹੋਏ ਅਖਰੋਟ? ਇਹ ਜਿਹੜਾ ਅਖਰੋਟ ਮੇਰਾ ਆਪਣਾ ਮੰਨਣਾ ਆ, ਇਹ ਗਲਤ ਆ, ਇਹ ਸਹੀ ਨਹੀਂ। ਉੱਥੋਂ ਚੱਕ ਲੈਂਦੇ ਆ, ਮੈਂ ਦੇਖਿਆ ਕਾਂ ਉਹ ਸੜਕ 'ਤੇ ਲਿਜਾ ਕੇ ਉੜ ਕੇ ਉੱਤੋਂ ਛੱਡਦੇ ਆ ਜੀ, ਉਹ ਭੱਜ ਜਾਂਦਾ, ਫਿਰ ਛੱਕ ਲੈਂਦੇ ਉਹ ਵੀ। ਕਾਂ ਦੇਖੋ ਕਿਵੇਂ ਉਹ ਭੰਨ ਲੈਂਦਾ, ਕਾਂ ਇਕੱਲਾ ਪਾਣੀ ਨਹੀਂ, ਥਰਸਟੀ ਘਰੋਣੀ ਹੈ ਕਾਂ, ਅਖਰੋਟ ਵੀ ਭੰਨ ਕੇ। ਮੈਂ ਆਪ ਵੀ ਆਹ ਕੀ ਫਸਲ ਆ ਬਾਈ? ਇਹ ਫਸਲ ਦਾ ਨਾਂ ਆ ਜੀ, ਜਿੱਦਾਂ ਆਪਾਂ ਕਹਿ ਦਾ ਫੋਟੋ ਲਿਖਾਈਏ ਇੱਕ, ਇਹਨੂੰ ਸੈਲਫੀ ਕਹਿੰਦੇ ਆ ਜੀ। ਇਹ ਜਿਹੜੀ ਜਾਤ ਆ ਕਲਟੂਰ ਦੀ, ਇਹਨੂੰ ਸੈਲਫੀ ਕਹਿੰਦੇ ਆ। ਇਹ ਸੂਰਜਮੁਖੀ ਵਾਂਗੂ 2.5-2.5 meter ਉੱਚੀ ਹੋ ਜਾਂਦੀ ਛੱਲੀ ਵਾਂਗੂ। ਅੱਛਾ, 10 ਸਾਲ ਦੀ ਫਸਲ ਆ, 10 ਸਾਲ ਇੱਦਾਂ ਹੀ ਰਹਿਣੀ ਜੀ। ਹੁਣ ਇਹਨੇ ਇੱਦਾਂ ਹੀ ਰਹਿਣਾ, ਅਗਲੇ ਸਾਲ ਫਿਰ ਬੜਬੜੀ ਹੋ ਜਾਣਾ। ਇੱਥੇ ਫੈਕਟਰੀ ਆ ਬੀਓ ਗੈਸ ਦੀ, ਇੱਧਰ ਨੂੰ ਉੱਥੇ ਉੱਥੇ ਇੱਥੇ ਕਿਤੇ 5 ਕਿਲੋਮੀਟਰ ਫਿਰ ਵੱਢ ਕੇ ਉੱਥੇ ਬੀਓ ਗੈਸ ਬਣਾਉਂਦੇ। ਹੋਰ ਫਿਰਦੀਆਂ ਲੜਦੀਆਂ ਕਿੰਨੀਆਂ ਗਾ ਬਾਈ? ਇਹ ਹੁਣ ਅਸੀਂ ਆਪਣੇ ਖੇਤਾਂ ਨੂੰ ਦਮ ਦਵਾਇਆ ਜੀ, ਐਸੀ ਹੋਣੀ 'ਚ ਇਹਦੀ ਅਸੀਂ, ਕਿਉਂਕਿ ਖਾਦ ਕੋਈ ਨਹੀਂ ਪਾਉਂਦੀ, ਉਹਨਾਂ ਨੂੰ ਖੁਰਾਕ ਵੀ ਬੀਓ ਹੀ ਪਈ ਹੋਣੀ ਚਾਹੀਦੀ, ਤਾਂ ਢੇਰ ਪਾ ਸਕਦੇ ਹਾਂ ਅਸੀਂ। ਅੱਛਾ, ਉੱਦਾਂ ਜੇ ਮੂੰਹ ਦੀ ਗੱਲ ਕਰਦੇ ਬਾਈ, ਜੇ ਇੱਕ ਫੁੱਲ ਮਾਰਾਂ ਤੁਹਾਡੀ ਗੱਲ 'ਤੇ, ਉਹ ਗਾਣ ਦਾ ਯਾਰ ਗੋਰੀ ਗੱਲ 'ਤੇ, ਤੂੰ ਤਾਂ ਬਾਈ ਉਹ ਤਾਂ ਗੁੱਸਾ ਨਾ ਕਰੀ, ਮੇਰੇ ਕੋਲ ਲੱਖ ਆਈ ਆ, ਨੀਲ ਵੀ ਨਹੀਂ ਪੈਣਾ ਤੇਰੇ ਤਾਂ। ਹੁਣ ਮੰਨ ਲਓ ਮੈਂ ਆਉਣਾ ਇੱਥੇ, ਮੈਂ ਆ ਕੇ ਨਵੀਂ ਜ਼ਮੀਨ ਖਰੀਦਦਾ, ਅਤੇ ਉਹ ਜ਼ਮੀਨ ਹੁੰਦੀ ਹੈ ਨੋਰਮਲੀ ਜਿਵੇਂ ਅਸੀਂ ਜ਼ਹਿਰਾਂ 'ਤੇ ਲਾਈ ਹੋਈ ਆ, ਤਾਂ ਉਹਨੂੰ ਬਾਇਓ ਬਣਾਇਆ ਜਾ ਸਕਦਾ? ਇੱਕ ਹੁੰਦਾ ਬੀਓ ਲਾਂਡ, ਉਹ ਬੀਓ ਤੋਂ ਵੀ ਉੱਤੇ। ਅੱਛਾ, ਉਹਨੇ ਥੋੜ੍ਹਾ ਹੋਰ ਡਿਸਿਪਲਿਨ, ਉਹਨਾਂ ਦੇ ਕਰੈਕਟਰ ਹੋਰ ਆ। ਹੁਣ ਅਸੀਂ ਬੀਓ ਲੈਂਡ ਤੋਂ 2 meter ਕੀਤਾ ਆ। ਅੱਛਾ, ਉਦੋਂ ਵੀ ਅਗਲੇ ਲੈਵਲ 'ਤੇ ਪਹੁੰਚੇ ਹੋਏ? ਉਦੋਂ ਵੀ, ਕਿਉਂਕਿ ਲੋਕਾਂ ਦੀ ਮੰਗ ਸੀ, ਡਿਮਾਂਡ ਸੀ। ਮੇਰਾ ਕੰਮ ਬਹੁਤ ਸੀ, 45 ਗੋਰੀਆਂ ਕੰਮ ਕਰਦੇ ਸੀ, ਹੁਣ ਤਾਂ ਮੈਂ ਥੋੜ੍ਹਾ ਲੱਤ ਦਾ ਨੁਕਸ ਕਰਕੇ ਘਟਾਇਆ। ਮੈਂ ਚਾਹੁੰਦੀ ਕਿ 6 ਮਹੀਨੇ ਵਾਲੀ ਫਸਲ ਬੀਜਣੀ, ਮੈਂ ਬੀਜਤੀ 3 ਮਹੀਨੇ ਵਾਲੀ, ਉੱਤੋਂ ਆ ਗਏ ਉਹ, ਉਹਨੇ ਸੈਂਪਲ ਲੈ ਜਾਣਾ ਵੀ ਤੈਂ ਸਾਡਾ ਕਹਿਣਾ ਨਹੀਂ ਮੰਨਿਆ, ਤੂੰ ਹੁਣ 1000 ਜੁਰਮਾਨਾ। ਜਿੱਦਾਂ ਆਪਣੇ ਇੰਡੀਆ ਸਾਡੇ ਖੇਤ ਆ, ਮਾਝੇ ਵਾਲਾ, ਖੰਬੇ ਵਾਲਾ, ਟੀਡੇ ਵਾਲਾ, ਗੋਰੇ ਵਾਲਾ, ਇੱਥੇ ਵੀ ਨਾਂ ਨੇ ਇੱਦਾਂ। ਜੇ ਮੇਰੇ ਵੱਲੋਂ ਇੰਨੀ ਜਗ੍ਹਾ ਵੱਧ ਗਈ ਹੋਣੀ, 500 ਮੈਨੂੰ ਪਾ ਦੇਣਾ, ਜੇ ਉੱਧਰ ਵੱਧ ਗਈ ਤਾਂ ਉਹਨੂੰ ਪਾ ਦੇਣਾ, ਇੱਥੇ ਰੌਲਾ ਨਹੀਂ ਕੋਈ ਹੈਗਾ। ਮੈਨੂੰ 10 ਖੇਤਾਂ ਦੇ ਮਗਰ 2 ਖੇਤ ਛੱਡਣੇ ਪੈਣੇ ਹਰਿਆਲੀ। ਤੁਸੀਂ ਸੋਚੋ, ਕਈ ਬੰਦੇ ਕਹਿੰਦੇ ਯੂਰਪ ਤੋਂ ਅਸੀਂ ਇੰਡੀਆ ਗਏ, ਸਾਡਾ ਪੇਟ ਖਰਾਬ ਹੋ ਗਿਆ, ਫਿਰ ਆਪੇ ਕਹਿੰਦੇ ਕੌਣ ਪਾਣੀ ਜਿਹੜਾ ਹਵਾ ਪਾਣੀ ਨਾਲ ਚੇਂਜ ਹੋ ਗਿਆ, ਤੁਹਾਡੇ ਸੈੱਲ ਇਸ ਇੱਥੇ ਆ ਕਲੀਮਾ 'ਤੇ ਲੱਗੇ ਹੋਏ ਆ। ਪੇਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਮੇਰੇ ਵੰਨਿਓ, ਜਾਣੀ ਕਿ ਮਿੰਟੂ ਬਰਾੜ ਵੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟੂਰ ਚੱਲ ਰਿਹਾ ਯੂਰਪ ਦਾ, ਅਤੇ ਬਾਈ ਗੁਰਦਾਵਰ ਸਿੰਘ ਹੋਰਾਂ ਦੀ ਜਿਹੜੀ ਮੇਜ਼ਬਾਨੀ ਦਾ ਆਨੰਦ ਉਠਾ ਰਹੇ ਹਾਂ, ਅਤੇ ਇਸ ਕੜੀ ਦੌਰਾਨ ਅਸੀਂ ਪਹਿਲਾਂ ਸ਼ਹਿਰ ਦੇਖਿਆ ਉਹਨਾਂ ਦਾ, ਅਤੇ ਹੁਣ ਪਹੁੰਚ ਚੁੱਕੇ ਹਾਂ ਉਹਨਾਂ ਦੇ ਫਾਰਮ ਦੇ ਉੱਤੇ। ਫਾਰਮ ਦੇ ਉੱਤੇ ਕਈ ਪੜਾਅ ਲਾਵਾਂਗੇ ਅਸੀਂ, ਅੱਡੋ ਅੱਡ ਪੜਾਵਾਂ 'ਚ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਨੀ ਆ, ਅਤੇ ਸਭ ਤੋਂ ਵਧੀਆ ਗੱਲ ਇਹ ਹੋ ਗਈ ਵੀ ਜਿੱਥੇ ਅਸੀਂ ਹੁਣ ਆ ਕੇ ਰੁਕੇ ਹਾਂ, ਇਹ ਹੈਗਾ ਜੀ ਅਖਰੋਟਾਂ ਦੇ ਬੂਟੇ ਲੱਗੇ ਹੋਏ ਆ 20-30, ਅਤੇ ਬਹੁਤ ਸੋਹਣੇ ਅਖਰੋਟ ਵੀ ਲੱਗੇ ਪਏ ਆ, ਜੇ ਪੱਕ ਗਏ ਹੋਏ ਤਾਂ ਅਖਰੋਟ ਵੀ ਖਾਵਾਂਗੇ ਜ਼ਰੂਰ। ਪਰ ਆਪਾਂ ਪਹਿਲਾਂ ਬਾਈ ਜੀ ਨੂੰ ਫਤਿਹ ਬੁਲਾਉਂਦੇ ਹਾਂ, ਅਤੇ ਫਿਰ ਜਾਣਦੇ ਹਾਂ ਇੱਥੋਂ ਸ਼ੁਰੂ ਕਰਦੇ ਇਹਨਾਂ ਦੇ ਫਾਰਮ ਦੀ ਜਿਹੜੀ ਸਾਰੀ ਅੱਡੋ ਅੱਡ ਸੈਟਅਪ, ਕਿਉਂਕਿ ਭਾਵੇਂ ਦੁਨੀਆ ਦੇ ਕਿੰਨੇ ਵੀ ਕੋਨੇ ਬਦਲ ਜਾਣ, ਖੇਤੀ ਆ ਇੱਕ ਇੱਕ ਆਪੋ ਆਪਦੇ ਤਰੀਕੇ ਆ, ਅਤੇ ਉਹ ਤਰੀਕਿਆਂ ਬਾਰੇ ਆਪਾਂ ਗੱਲਬਾਤ ਕਰਨੀ ਹੈ। ਸੋ ਪਹਿਲਾਂ ਬੁਲਾਈਏ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਿੰਟੂ ਬਰਾੜ ਜੀ ਅਤੇ ਭਾਈ ਮਨਪ੍ਰੀਤ ਸਿੰਘ ਜੀ, ਆਪ ਜੀ ਦਾ ਜਿਹੜਾ ਚੈਨਲ ਆ ਪੇਂਡੂ ਆਸਟ੍ਰੇਲੀਆ, ਉਹਦੇ ਸਾਰੇ ਦਰਸ਼ਕ ਜਿਹੜੇ ਦੇਖਦੇ ਨੇ, ਲੋਕ ਲਹਿੰਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ, ਜਿੱਥੇ ਵੀ ਸਾਰੇ ਸੰਸਾਰ ਦੇ ਵਿੱਚ, ਮੈਂ ਉਹਨਾਂ ਨੂੰ ਅਤੇ ਆਪ ਜੀ ਨੂੰ ਦੁਬਾਰਾ ਫਿਰ ਫਤਿਹ ਗਜਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਗੱਲ, ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜੋ ਆਪ ਚੱਲ ਕੇ ਆਏ ਹੋ, ਤੁਹਾਨੂੰ ਮੈਂ ਜੀਵਾਂ ਆਖਦਾ ਹਾਂ। ਬਹੁਤ ਮਿਹਰਬਾਨੀ ਬਾਈ ਜੀ। ਬਾਈ ਜੀ, ਆਪਾਂ ਨੂੰ ਬੜਾ ਚੰਗਾ ਲੱਗ ਰਿਹਾ ਪੇਂਡੂ ਬੰਦੇ ਹਾਂ, ਪਿੰਡਾਂ ਵਾਲੀਆਂ ਗੱਲਾਂ ਕਰਕੇ ਤੁਹਾਡੇ ਨਾਲ ਵਿਚਰ ਕੇ, ਅਤੇ ਹੁਣ ਆਪਾਂ ਪਹੁੰਚੇ ਹੋਏ ਹਾਂ ਇੱਥੇ ਤੁਹਾਡੇ ਜਿਹੜੇ ਫਾਰਮ ਦੇ ਸ਼ੁਰੂਆਤੀ ਜਿਹੜੇ ਐਂਟਰੀ 'ਤੇ ਕਹੂੰ ਆ ਮੈਂ। ਦੂਜੇ ਪਾਸੇ ਪਿੰਡ ਆ, ਬੜਾ ਖੂਬਸੂਰਤ, ਅਤੇ ਪਿੰਡ ਦੇ ਨਾਲ ਲੱਗਦਾ ਤੁਹਾਡਾ ਫਾਰਮ ਆ, ਰੇਲਵੇ ਟਰੈਕ ਆ, ਇਹ ਚੀਜ਼ਾਂ ਨੇ ਨਾ ਮੈਨੂੰ ਥੋੜ੍ਹਾ ਜਿਹਾ ਐਂ ਭਾਇਆ ਜੀ। ਮੈਂ ਵੀ ਪਿੱਛੇ ਖੇਤੀਬਾੜ ਕਰਦਾ ਇੰਡੀਆ 'ਚ ਵੀ, ਬਾਗਬਾਨ ਆ, ਅਤੇ ਉੱਥੇ ਮੇਰੇ ਬਾਗ ਵਿੱਚ ਦੀ ਵੀ ਰੇਲਵੇ ਟਰੈਕ ਟੱਪਦਾ, ਅਤੇ ਅਸੀਂ ਜਿਹੜੀ ਇੱਥੇ ਚਾਹ ਵੀ ਧਰਦੇ ਹਾਂ ਨਾ ਖੇਤ, ਆਖਣਗੇ ਆਪਣੇ ਕੰਮਾਂ ਵਾਲੇ ਸ੍ਰੀ ਸਾਂਝੀ,
ਅੱਗੇ 10 ਵਾਲੀ ਚਾਹ ਧਰ ਲਓ ਗੱਡੀ ਟੱਪ ਗਈ, ਫਿਰ 1 ਵਾਲੀ ਗੱਡੀ ਆ ਗਈ ਅੱਗੇ ਹੁਣ 1 ਵਾਲੀ ਚਾਹ ਧਰ ਲਓ, ਫਿਰ ਹੱਥ ਨੇ ਅੱਗੇ 5 ਵਾਲੀ ਆ ਗਈ ਉਹ ਹੁਣ ਨੀਰਾ ਚਾਰਾ ਵੱਢਣ ਲੱਗ ਜਾਓ, ਅਤੇ ਗੱਡੀਆਂ ਦੇ ਹਿਸਾਬ ਨਾਲ ਚੱਲਦੇ ਹਾਂ। ਤੁਹਾਨੂੰ ਵੀ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ, ਤੁਹਾਨੂੰ ਵੀ ਇਹ ਟ੍ਰੇਨ ਦਾ ਕੋਈ ਹੈ ਇਹੋ ਜਿਹਾ ਕੋਈ ਸਿਸਟਮ? ਹਾਂਜੀ, ਸਾਡੇ ਇੱਕ ਨਾ ਬਹੁਤ ਇਹ ਫਾਰਮ ਪੁਰਾਣੀ ਆ ਜੀ, ਇਹਦਾ ਨਾਂ ਟਿਸਟਲ ਆ ਜੀ। ਅੱਛਾ, ਫਾਰਮ ਦਾ ਨਾਂ ਟਿਸਟਲ? ਟਿਸਟਲ ਕਹਿੰਦੇ ਆ ਘਾਹ ਨੂੰ। ਅੱਛਾ, ਜਿਹੜੀ ਆਪਣੇ ਲੇਹ ਪੋਲੀ ਜੀ ਹੁੰਦੀ ਆ, ਹਾਂਜੀ ਹਾਂਜੀ ਹਾਂਜੀ, ਜਿਹਦੇ ਨੀਲੇ ਫੁੱਲ ਹੁੰਦੇ ਆ ਉਹਦਾ, ਉਹਨੂੰ ਟਿਸਟਲ ਇੱਥੇ ਜਰਮਨ 'ਚ ਕਹਿੰਦੇ ਆ ਜੀ। ਅੱਛਾ ਜੀ, ਇੱਥੇ ਇੱਕ ਜਰਮਨ ਔਰਤ ਉਹਦੇ ਨਾਲ ਸਿਲਵੀਆ ਮਾਇਆ ਆ। ਅੱਛਾ ਜੀ, ਉਹ ਤਾਂ ਸਿਆਣੀ ਗਈ ਆ ਪਰ ਆਪਣੀ ਉਹ ਸਰੀਰ ਦੀ ਹਰਕਤਾਂ ਲਈ ਜਾਂ ਆਪਣੀ ਜੋ ਬਈ ਜਿਮਨਾਸਟਿਕ ਲਈ ਰੱਖ ਲਓ ਜਾਂ ਵਿਵੇਕ ਵਾਂਗ ਇੱਥੇ ਕਹਿ ਦਿੰਦੇ, ਉਹਦੇ ਲਈ ਉਹ ਕਦੀ ਕ ਤਾਂ ਹੀ ਆ ਜਾਂਦੀ ਆ ਕੰਮ ਕਰਨ, ਕਿਉਂ 25-30 ਸਾਲ ਤੋਂ ਇਸ ਫਾਰਮ ਨਾਲ ਜੁੜੀ ਹੋਈ ਆ। ਉਹ ਆਖਦੀ ਹੁੰਦੀ ਸੀ ਮੈਨੂੰ ਹਾਕ ਮਾਰ ਕੇ ਜਰਮਨ 'ਚ, ਉੱਦਾਂ ਮੇਰਾ ਨਾਂ ਇਹ ਨਹੀਂ ਗੋਰਿਆਂ ਨੇ ਮੁੱਖੀ ਰੱਖਿਆ ਆ, ਬਈ 10 ਮਿੰਟ ਪਹਿਲਾਂ ਟ੍ਰੇਨ ਲੰਘ ਗਈ ਆ ਹੁਣ 11 ਵੱਜਣ ਵਾਲੇ ਆ, ਮੇਰੇ ਕੋਲ 1 ਘੰਟੇ ਰਹਿ ਗਿਆ 12 ਵਜੇ ਤੱਕ, ਮੈਂ ਕਿ ਹੋਰ ਕੀ ਕੰਮ ਤੂੰ ਮੇਰੇ ਤੋਂ ਕਰਾਉਣਾ। ਅਤੇ ਸਾਡੇ ਬੰਦੇ ਵੀ ਜਿਹੜੇ ਕੰਮ ਕਰਦੇ ਉਹ ਵੀ ਉਹਦੀ 'ਚ, ਕਿਉਂਕਿ ਹੈਂਡੀ ਕੱਢਣੇ ਨਹੀਂ ਹੁੰਦੇ, ਕਈ ਵਾਰੀ ਮੀਂਹ ਪੈਂਦਾ ਹੁੰਦਾ, ਕਈ ਵਾਰੀ ਬੀਜ ਬਜਾਈਆ ਕਰਦੇ ਹੁੰਦੇ ਉਹ ਮਸ਼ੀਨਾਂ ਮਗਰ ਬੈਠੇ, ਉਹ ਵੀ ਟ੍ਰੇਨ ਹੀ ਵੇਖ ਲੈਂਦੇ ਆ ਲੰਘ ਗਏ ਤਾਂ ਇੰਨਾ ਕੁ ਵੱਜ ਗਏ। ਇਹ ਇੱਕ ਵੱਡਾ ਸਾਡੇ ਵੀ ਹੈਗਾ, ਹਾਂਜੀ ਸਾਡੇ ਵੀ ਚੱਲਦਾ ਜੀ। ਸੋ ਮਿਲਦੀਆਂ ਇਹ ਗੱਲਾਂ ਇੱਕ ਦੂਜੇ ਨਾਲ ਮਿਲਦੀਆਂ ਜੀ। ਸੋ ਪਹਿਲਾਂ ਅਖਰੋਟਾਂ ਦਾ ਦੱਸੋਗੇ ਬਾਈ ਜੀ, ਅਖਰੋਟ ਕਮਰਸ਼ੀਅਲੀ ਆ ਕਿ ਬਸ ਵੈਸੇ ਹੀ ਸ਼ੌਂਕੀ ਆ ਲੱਗੇ ਹੋਏ ਅਖਰੋਟ? ਇਹ ਗੱਲ ਇਸ ਤਰ੍ਹਾਂ ਆ ਜੀ, 2013 ਦੇ ਵਿੱਚ ਇੱਥੇ ਨਾ ਗੌਰਮੈਂਟ ਨੇ ਐਲਾਨ ਕੀਤਾ ਸੀ, ਮੈਂ 2013 ਦੇ 13-12 'ਚ ਸਾਡਾ ਸੌਦਾ ਹੋ ਗਿਆ ਸੀ, 13 ਦੇ ਵਿੱਚ ਮੈਂ ਸ਼ੁਰੂਆਤ 1 ਜਨਵਰੀ ਤੋਂ ਕੀਤੀ ਸੀ ਜੀ। ਗੌਰਮੈਂਟ ਨੇ ਇੱਕ ਐਲਾਨ ਕੀਤਾ ਸੀ ਜੱਟਾਂ ਨੂੰ, ਜਿੱਦਾਂ ਆਪਣੇ ਪੈਸੇ ਜ਼ਮੀਨ ਦੇ 25 ਪੈਸੇ 20 ਪੈਸੇ 15 ਪੈਸੇ ਉਹਦੀ ਕੀਮਤ ਹੁੰਦੀ ਸੀ, ਜਿੱਦਾਂ ਪਾਕਿਸਤਾਨ ਤੋਂ ਉੱਠ ਕੇ ਉਹ ਪੈਸਿਆਂ ਦੇ ਹਿਸਾਬ ਨਾਲ ਜ਼ਮੀਨ ਪੰਜਾਬ 'ਚ ਪਈ, ਇੰਡੀਆ 'ਚ ਪਈ ਆ ਅਤੇ ਇੰਡੀਆ ਤੋਂ ਪੰਜਾਬ 'ਚ ਪਈ ਆ, ਇੱਥੇ ਵੀ ਪੈਸੇ ਹੀ ਚੱਲਦੇ ਆ ਜੀ ਜੀ। ਗੌਰਮੈਂਟ ਨੇ ਐਲਾਨ ਕੀਤਾ ਸੀ ਵੀ ਜਿੱਥੇ ਜਿੱਥੇ ਜ਼ਮੀਨ ਜੱਟਾਂ ਦੀ ਹੈਗੀ ਆ ਵੀ ਉਹ ਅਸੀਂ ਇਕੱਠੀ ਕਰਨੀ ਚਾਹੁੰਦੇ, ਜਿੱਦਾਂ ਤੁਹਾਡੇ ਇੱਥੇ 2 ਕਿੱਲੇ ਨੇ, ਉਹ ਇੱਥੋਂ 1 ਕਿਲੋਮੀਟਰ ਦੂਰ 4 ਨੇ, ਮਰੱਬੇਬੰਦੀ ਕੀਤੀ ਉਹਨੇ ਜੀ। ਉਹ ਐਸੀ ਫਿਰ ਜਿੱਦਾਂ ਨੇੜਤਾ ਕੀਤੀ ਬਹੁਤ, ਜੱਟਾਂ ਦੇ ਕੋਲ ਗਏ, ਇਹਨਾਂ ਦੇ ਪੰਚਾਇਤ ਘਰ ਜਾ ਕੇ ਉਹਨਾਂ ਦਾ ਖਸਤਾ ਨੰਬਰ ਕੱਢੇ, ਕਢਾਈ ਵੀ ਕੌਣ ਆ, ਕਿਹਦੇ ਖਰੋਟ ਆ, ਇਹ ਸਾਡੀ ਨਹੀਂ ਸੀ, ਇੱਦਾਂ ਸਾਡੀ ਖਰੀਦੀ ਹੋਈ ਆ ਇੱਥੇ ਆਹ ਜਿਹੜੇ ਆ ਬਾਏ ਉਹ ਖੇਤ ਆ। ਅਤੇ ਅਸੀਂ ਉਹ ਗਏ ਬੰਦੇ ਕੋਲ, ਉਹਨੇ ਖਰੋਟ ਸੀਗੇ ਲਾਇਓ, ਉਹ ਵੀ ਸਿਆਣਾ ਹੋਇਆ ਸੀ, ਪੈਨਸ਼ਨ ਹੋਇਆ ਸੀ, ਤਾਂ ਉਹ ਕਹਿੰਦਾ ਵੀ ਖਰੋਟ ਚੁੱਕ ਕੇ ਵੇਚ ਦਿੰਦਾ ਸੀ ਆਪਣੇ ਪਿੰਡਦਿਆਂ ਨੂੰ ਜਿੱਦਾਂ ਪੁਰਾਣੇ ਗਾਹਕ ਲੱਗੇ ਆ। ਅਸੀਂ ਫਿਰ ਮੁੱਲ ਖਰੀਦੀ ਸੀ ਤਾਂ ਮਰੱਬੇਬੰਦੀ ਦੇ ਵਿੱਚ ਅਸੀਂ ਹੋਰ ਪਾਸੇ ਖਰੀਦੀ ਉਹ ਜ਼ਮੀਨ ਦੂਜੇ ਜੱਟਾਂ ਨੂੰ ਦੇ ਦਿੱਤੀ, ਇਹ ਖਰੋਟ ਵਾਲੇ ਨੂੰ ਫਿਰ ਅਸੀਂ ਜਿਹੜੀ ਆਪਣੀ ਜ਼ਮੀਨ ਦੇ ਕੇ ਇਹ ਪਵਾ ਲਈ ਸੀ ਮਰੱਬੇਬੰਦੀ 'ਚ, ਉਹ ਵਿੱਚ ਪਵਾ ਲਈ। ਹਾਂ, ਫਿਰ ਹੁਣ ਇਹਦਾ 1 ਪੁਰ ਬੂਟੇ ਦੇ ਹਿਸਾਬ ਨਾਲ 50 ਐਰੋ ਮੇਰੇ ਤੋਂ ਲਏ ਸੀਗੇ ਅਤੇ ਮੈਂ ਕਿਹਾ ਯਾਰ ਬੂਟਾ ਇਹ, ਮੈਂ ਉਹਨੂੰ ਪੁੱਛਿਆ ਕਿੰਨੇ ਚਿਰ ਦਾ, ਕਹਿੰਦਾ 15-15 18-18 ਸਾਲ ਹੋ ਗਏ। ਤਾਂ ਮੈਂ ਕਿਹਾ ਯਾਰ ਕਿੱਲਾ ਘੱਟ ਬੀਜ ਲਾਂਗੇ, ਅੱਧਾ ਇਹ ਜਾਨਵਰਾਂ ਲਈ ਤਾਂ ਚਲੋ ਇੱਦਾਂ ਛਾਵੇਂ ਵਹਿਣ ਲਈ ਰੱਖ ਲੈਂਦੇ ਹਾਂ, ਬੂਟਾ ਪਾਲਣਾ ਬੜਾ ਔਖਾ, ਬਹੁਤ ਔਖਾ ਜੀ 15 ਸਾਲ। ਜੇ ਹੁਣ ਮੈਂ ਇੰਨੇ ਬੂਟੇ ਬੀਜਾਂ, ਕੋਈ ਮਰ ਜੇ, ਪਾਣੀ ਦੁੱਖੋਂ ਚੱਲ ਜਾਏ, ਇਸ ਕਰਕੇ ਫਿਰ ਇੱਥੇ ਕਈ ਸਾਈਕਲ, ਸਾਡੇ ਬੇਗ ਕਹਿੰਦੇ ਆ ਸਾਈਕਲਾਂ ਦੀ ਸੜਕ ਨੂੰ, ਤੁਸੀਂ ਵੇਖਿਓ ਆ ਸਾਈਕਲ ਚੱਲੀ ਜਾਣੇ, ਉਹ ਵੇਖੋ ਕੁਦਰਤੀ ਆਏ ਗਏ ਲੋਕ, ਉਹ ਦੇਖੋ ਸਾਈਕਲ ਦੇਖੋ, ਇੱਥੇ ਸਾਈਕਲ ਵੀ ਗਿਆ ਜੀ, ਕਈ ਲੋਕ ਵੀ ਇੱਥੇ ਆ ਕੇ ਆਪਣਾ ਚਾਹ ਪਾਣੀ ਬਹਿ ਕੇ ਪੀ ਲੈਂਦੇ, ਮੀਆਂ ਬੀਬੀ ਅੱਛਾ ਜਾਂਦੇ ਰਾਹਗੀਰ ਹੈਗੇ, ਸਾਈਕਲ ਹੀ ਲੰਘੀ ਜਾਣੇ, ਟੂਰਿਸਟ ਸਾਰਿਆਂ ਨੇ ਕਿਰਾਏ 'ਤੇ ਲਏ ਹੋਏ ਆ ਸਾਈਕਲ। ਹਾਂਜੀ, ਅੱਛਾ ਕਿਰਾਏ 'ਤੇ ਲੈ ਕੇ ਅਤੇ ਇੱਥੇ ਘੁੰਮਦੇ ਆ ਪਿੰਡਾਂ 'ਚ? ਮੈਂ ਕਿਹਾ ਜੀ ਤੁਸੀਂ ਇੱਕ 5-5 ਮਿੰਟ ਬਾਅਦ ਦੇਖੀ ਜਾਊਂਗੇ ਇਹਨਾਂ ਨੂੰ, ਇਹ ਹੈਗਾ ਜੀ ਫਾਰਾ ਤੇ ਬੇਗਿਆ, ਸਾਰੇ ਪਿੰਡਾਂ 'ਚ ਘੁੰਮਣਾ ਜੀ, ਸਪੈਸ਼ਲ ਸਾਈਕਲਾਂ ਲਈ ਬਣਾਇਆ, ਚਲੋ ਸਾਡੀ ਜ਼ਮੀਨ ਹੈ, ਅਸੀਂ ਆਪਣੀਆਂ ਗੱਡੀਆਂ ਮੋਟਰਾਂ ਇੱਧਰ ਲਿਆਉਂਦੇ ਹਾਂ। ਮਨਿਆਦ ਪੂਰੀ ਹੋ ਜਾਂਦੀ ਉਮਰ ਇਹਦੀ, ਇਹ ਆਪਣੇ ਆਪ ਹੀ ਡਿੱਗ ਜਾਂਦਾ। ਹਾਂਜੀ ਹਾਂਜੀ, ਇਹ ਜਿਹੜਾ ਅਖਰੋਟ ਮੇਰਾ ਆਪਣਾ ਮੰਨਣਾ ਆ, ਇਹ ਗਲਤ ਆ, ਇਹ ਸਹੀ ਨਹੀਂ ਹੋਣੀ। ਅੱਛਾ, ਹਾਂ, ਕਿਉਂਕਿ ਇਹ ਜਿਹੜਾ ਇਹ ਡਿੱਗ ਦੀ ਗੱਲ ਹੋ ਰਿਹਾ, ਇਹਦੇ ਹੈ ਨਾ ਪਿਲਸ ਪੈ ਗਈ ਹੋ, ਜਿੱਦਾਂ ਮੇਰਾ ਆਪਣਾ ਖੇਤੀਬਾੜੀ ਦਾ ਵੀ ਆਪਣਾ ਹੈਗਾ ਨਾ, ਆਹ ਦੇਖੋ ਕਾਲਾ ਉਹ ਉੱਲੀ ਲੱਗ ਗਈ, ਉੱਲੀ ਨੂੰ ਪਿਲਸ ਕਹਿੰਦੇ, ਮੈਂ ਬਗੈਰ ਦੇਖੇ ਦੱਸਦਾ। ਹਾਂਜੀ, ਇਹ ਕਿਉਂਕਿ ਇਹ ਖਾਣ ਵਾਲੇ ਨਹੀਂ, ਖਰੋਟ ਖਾਣ ਵਾਲਾ ਹੈਗਾ ਆਹ ਹਰਾ ਜਿਹੜਾ ਹਰਾ, ਹਾਂ, ਇਹ ਜਦੋਂ ਆਪਣੀ ਮਨਿਆਦ 'ਤੇ ਆ ਕੇ ਡਿੱਗੂਗਾ ਉਹ ਸਹੀ, ਇਹ ਅੱਬੜ ਹੋਊਗਾ ਜੀ ਜੀ। ਪਰ ਅਸੀਂ ਚੁਗਦੇ ਕਰਦੇ ਨਹੀਂ ਜੀ ਹੈਗੇ, ਇੱਥੇ ਨਾ ਇੱਥੇ ਅੱਜ ਦਾ ਛੱਡੀਆਂ ਆਹ ਆਹ ਛਿੱਟੀਆਂ ਨੂੰ ਅੱਗ ਨਹੀਂ ਲਾਈ, ਇਹ ਜੀ ਇਹਦੇ ਵਿੱਚ ਇੱਕ ਈਗਲ ਹੁੰਦਾ ਜੀ, ਇੱਦਾਂ ਜਿਹਦੇ ਇਹਦੇ ਕੰਡੇ ਜਿਹੇ ਹੁੰਦੇ ਜਾਨਵਰ ਦੇ, ਉਹ ਸਿਆਲ ਨੂੰ ਇਹੋ ਜਿਹੀ ਜਗ੍ਹਾ ਦੇ ਵਿੱਚ ਇੱਦਾਂ ਇਕੱਠਾ ਜਿਹਾ ਹੋ ਕੇ ਬਹਿ ਕੇ ਖੁਸ਼ ਰਹਿੰਦਾ, ਉਹ ਇੱਥੇ ਹੈਗੇ ਨੇ ਬਹੁਤ, ਉਹ ਫਿਰ ਤੁਰ ਕੇ ਆ ਕੇ ਮੈਂ ਉਹਨਾਂ ਦੇ ਸੁੱਖ ਲੈਣ ਲਈ ਇਹ ਛੱਡਿਆ ਆ ਵੀ ਚਲੋ ਆਪਾਂ ਕਾਹਨੂੰ ਅੱਗ ਉੱਗ ਲਾਉਣੀ ਆ। ਅਤੇ ਫਿਰ ਆਹ ਕਾਂਟਵਾਂ ਹੈਗੀਆਂ ਇੱਥੇ, ਗੈਲਰੀਆਂ ਜਿਹਨੂੰ ਕਹਿ ਦਿੰਦੇ ਆ, ਉਹ ਛੱਕ ਛੁੱਕ ਲੈਂਦੀਆਂ, ਕੋਈ ਕਾਂ ਲੈ ਜਾਂਦੇ ਇੱਥੋਂ ਚੱਕ ਲੈਂਦੇ ਆ, ਮੈਂ ਦੇਖਿਆ ਕਾਂ
ਉਹ ਸੜਕ ਤੇ ਲਿਜਾ ਕੇ ਉੜ ਕੇ ਉੱਤੋਂ ਛੱਡਦੇ ਆ ਜੀ, ਉਹ ਭੱਜ ਜਾਂਦਾ ਫਿਰ ਛਕ ਲੈਂਦੇ ਉਹ। ਇਸ ਕਰਕੇ ਫਿਰ ਜਿਹੜੀ ਬੀਓ ਆ ਕੁਦਰਤ ਨਾਲ ਮੇਲ ਆ, ਬੀਓ ਕਹਿੰਦੇ ਉਸ ਚੀਜ਼ ਨੂੰ ਜਿਹੜੀ ਕੁਦਰਤ ਤੁਹਾਨੂੰ ਦਿੰਦੀ ਆ। ਕੁਦਰਤ ਜਿਹੜੀ ਆ ਬਨਸਪਤੀ ਜਿਹੜੀ ਆ ਇਹਨੂੰ ਤੁਸੀਂ ਪਿਆਰ ਕਰੋਗੇ ਤਾਂ ਤੁਸੀਂ ਬੀਓ ਦੇ ਹੱਕਦਾਰ ਆ, ਨਹੀਂ ਤਾਂ ਬੀਓ ਦੇ ਹੱਕਦਾਰ ਨਹੀਂ ਹੈ। ਹਰ ਚੀਜ਼ ਇੱਕ ਦੂਜੇ ਨਾਲ ਲੜੀ ਚ ਜੁੜੀ ਹੋਈ ਆ। ਹਾਂਜੀ ਹਾਂਜੀ, ਚਾਹੇ ਜਾਨਵਰ ਆ ਚਾਹੇ ਕੋਈ ਕੁਛ ਵੀ ਆ। ਹਾਂਜੀ ਹਾਂਜੀ ਹਾਂਜੀ, ਸੋ ਬਿਲਕੁਲ ਜੀ, ਬੜੀ ਵਧੀਆ ਖੂਬਸੂਰਤ ਜਾਣਕਾਰੀ ਬਾਈ ਹੋਰਾਂ ਨੇ ਦੱਸੀ ਵੀ। ਕਾਂ ਦੇਖੋ ਕਿਵੇਂ ਉਹ ਭੰਨ ਲੈਂਦਾ, ਕਾਂ ਇਕੱਲਾ ਪਾਣੀ ਨਹੀਂ, ਥਰਸਟੀ ਘਰੋਣੀ ਹੈ, ਕਾਂ ਅਖਰੋਟ ਵੀ ਭੰਨ ਕੇ। ਮੈਂ ਆਪ ਵੇਖਿਆ ਜੀ ਬਹੁਤ। ਹਾਂ ਮੇਰੇ ਕੋਲ ਫੋਟੋ ਆ। ਅੱਗੇ ਵੀ ਆਪਾਂ ਦੇਖੀ ਉਹ ਮੱਖੀਆਂ ਵਾਲੇ ਬਕਸੇ ਪਏ ਆ, ਇੱਧਰ ਵੀ ਪਏ ਜੀ ਮਖੀਲ ਦੀਆਂ ਮੱਖੀਆਂ ਆਪਾਂ ਰੱਖੀਆਂ ਆ। ਅੱਛਾ, ਇਹ ਬੀਓ ਨੂੰ ਇੱਕ ਵਧੀਆ ਦੋਸਤ ਆਏ ਤੁਹਾਡੇ। ਹਾਂਜੀ ਹਾਂਜੀ, ਮੱਖੀਆਂ ਜਿਹੜੀਆਂ। ਹਾਂਜੀ ਬਿਲਕੁਲ ਬਿਲਕੁਲ, ਛਾਵੇਂ ਤਾਂ ਰੱਖੀਆਂ ਜੀ, ਧੁੱਪ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਧੁੱਪ, ਦੇਖੋ ਇੱਧਰੋਂ ਇੱਧਰੋਂ ਵੀ ਉੱਧਰ ਛਾਂ ਹੋ ਜਾਂਦੀ ਆ, ਫਿਰ ਜਦ ਇੱਧਰ ਸੂਰਜ ਜਾਂਦਾ ਹੁਣ ਉੱਧਰਲੇ ਪਾਸੇ ਛਾਂ ਆ। ਹਾਂਜੀ, ਥੋੜ੍ਹੀ ਜਿਹੀ ਧੁੱਪ ਥੋੜ੍ਹੀ ਛਾਂ ਇਹਨਾਂ ਨੂੰ ਦੇਣੀ ਪੈਂਦੀ ਆ। ਜ਼ਿਆਦਾ ਧੁੱਪ ਦੇ ਵਿੱਚ ਫਿਰ ਇਹ ਜਿੱਦਾਂ ਇੰਨਾ ਵਰਕ ਨਹੀਂ ਕਰਦੀਆਂ, ਆਉਂਦੀਆਂ ਨਹੀਂ, ਮੁੜ ਕੇ ਨਹੀਂ ਆਉਂਦੀਆਂ, ਜਾਂ ਕਿਤੇ ਠੰਡੀ ਜਗ੍ਹਾ 'ਤੇ ਬਹਿ ਜਾਂਦੀਆਂ। ਆਹ ਕੀ ਫਸਲ ਆ ਬਾਈ? ਇਹ ਫਸਲ ਦਾ ਨਾਂ ਆ ਜੀ, ਜਿੱਦਾਂ ਆਪਾਂ ਕਹਿੰਦੇ ਤਾਂ ਫੋਟੋ ਲਿਖਾਈਏ ਇੱਕ, ਇਹਨੂੰ ਸੈਲਫੀ ਕਹਿੰਦੇ ਆ ਜੀ। ਇਹ ਜਿਹੜੀ ਜਾਤ ਆ ਕਲਟੂਅਰ ਦੀ, ਇਹਨੂੰ ਸੈਲਫੀ ਕਹਿੰਦੇ ਆ। ਕਲਟੂਅਰ ਤੋਂ ਕੀ ਮੀਨਸ, ਪਾਲਕ ਜਾਂ ਕੋਈ? ਨਹੀਂ ਪਾਲਕ ਨੇ, ਜਿੱਦਾਂ ਇੱਕ ਵਰਾਇਟੀ ਰੱਖ ਲਓ, ਪਾਲਕ ਹੋ ਗਈ ਜਿੱਦਾਂ ਉਹਨਾਂ ਦੀ ਵਰਾਇਟੀ ਆ, ਉਸ ਖਾਨਦਾਨ ਚੋਂ ਹੀ ਆ। ਪੱਤੇ ਪੱਤੇ ਕੰਮ ਆਉਂਦੇ ਦੇ ਇਹਦੇ? ਇਹ ਸੂਰਜਮੁਖੀ ਵਾਂਗੂ 2.5 ਮੀਟਰ ਉੱਚੀ ਹੋ ਜਾਂਦੀ ਹੈ ਛੱਲੀ ਵਾਂਗੂ। ਅੱਛਾ, ਇਹਨੂੰ ਫਿਰ ਬੀਓ ਗੈਸ ਵਾਲੇ ਆ ਜਿਹੜੇ ਗੈਸ ਘਰਾਂ 'ਚ ਦਿੰਦੇ ਆ, ਉਹ ਵੱਢ ਕੇ ਲੈ ਜਾਂਦੇ। 10 ਸਾਲ ਦੀ ਫਸਲ ਆ, 10 ਸਾਲ ਇੱਦਾਂ ਹੀ ਰਹਿਣੀ ਹੈ ਜੀ। ਹੁਣ ਇਹਨੇ ਇੱਦਾਂ ਹੀ ਰਹਿਣਾ, ਅਗਲੇ ਸਾਲ ਫਿਰ ਬੜਬੜੀ ਹੋ ਜਾਣਾ। ਅਤੇ ਉਹ ਵੱਢ ਕੇ ਉਹਦੀ ਗੈਸ ਬਣਾਉਂਦੇ? ਹੁਣ ਗੈਸ ਆ, ਇੱਥੇ ਫੈਕਟਰੀ ਆ ਬੀਓ ਗੈਸ ਦੀ, ਇੱਧਰ ਨੂੰ ਉੱਥੇ ਉੱਥੇ ਇੱਥੇ ਕਿਤੇ 5 ਕਿਲੋਮੀਟਰ ਫਿਰ ਵੱਢ ਕੇ ਉੱਥੇ ਬੀਓ ਗੈਸ ਬਣਾਉਂਦੇ ਆ, ਇਹਨੂੰ ਤਾਂ ਕਹਿ ਦਿੰਦੇ ਆ। ਸੋ ਇਹ ਜਾਣੀ ਕਿ ਇਹਦਾ ਸੈਲਫੀ ਸ਼ਬਦ, ਮੈਂ ਤਾਂ ਫਿਰ ਅਸੀਂ ਤਾਂ ਸੋਚਦੇ ਸੀ ਇਹਦਾ ਨਾ ਹੀ ਸੈਲਫੀ, ਜਿੱਦਾਂ ਮੱਕੀ ਨੂੰ ਮੱਕੀ ਕਹਿੰਦੇ, ਤਾਂ ਜਾਤ ਦਾ ਨਾਂ ਸੈਲਫੀ ਆ ਜੀ। ਦੇਖੋ ਆਪਾਂ ਕਹਿੰਦੇ ਨੇ ਸੈਲਫੀ ਸ਼ਬਦ ਹੁਣ ਨਿਕਲਿਆ, ਸੈਲਫੀ ਸ਼ਬਦ ਤਾਂ ਜਰਮਨ 'ਚ ਬਹੁਤ ਪਹਿਲਾਂ ਦਾ ਨਿਕਲਿਆ ਹੋਇਆ। ਹਾਂਜੀ ਹਾਂਜੀ ਹਾਂਜੀ, ਨੇੜੇ ਤੋਂ ਦਿਖਾਉਣੇ ਆਪਾਂ ਸੈਲਫੀ। ਕਲਟੂਅਰ ਕਹਿ ਦਿੰਦੇ ਫਸਲ ਨੂੰ। ਅੱਛਾ, ਫਸਲ? ਹਾਂ ਕਲਟੂਅਰ ਫਸਲ ਆ। ਹਾਂ, ਜਿਹੜੇ ਕਲਟੂਅਰ ਜਿਹੜੀ ਇਹ ਫਸਲ ਆ ਉਹਦੇ ਨਾਲ ਸੈਲਫੀ ਆ, ਸੈਲਫੀ ਇਹਦਾ ਨਾਂ। ਹਾਂਜੀ, ਸੋ ਇਹ ਆ ਜੀ ਮੱਖੀਆਂ, ਇਹ ਮਖੀਲ ਦੀਆਂ ਮੱਖੀਆਂ ਬਾਈ। ਹਾਂਜੀ, ਉਹ ਫਿਰਦੀਆਂ ਲੜਦੀਆਂ ਕਿੰਨੀਆਂ ਗਾ ਬਾਈ ਇਹ? ਕਿਤੇ ਮੇਰੀ ਸ਼ਕਲ ਨਾ ਘਰੇ ਸਿਆਣ। ਲੜਨ ਨੂੰ ਤਾਂ ਤੂੰ ਮੈਂ ਹੀ ਆ ਯਾਰ, ਜੇ ਤੂੰ ਮੈਨੂੰ ਕੌੜਾ ਸ਼ਬਦ ਬੋਲੇਗਾ ਮੈਂ ਤੇਰੇ ਗਾਲ ਪੈ ਜਾਣਾ, ਤੂੰ ਮੈਂ ਬੋਲੇਗਾ ਤੈਂ ਪੈ ਜਾਣਾ। ਜਾਂ ਤੇ ਆਪਾਂ ਉਹਨਾਂ ਨੂੰ ਛੇੜਨਾ ਹੀ ਨਹੀਂ, ਉਹਨਾਂ ਨੂੰ ਸ਼ਰਾਰਤੇ ਨਹੀਂ ਕਰਨੇ ਉਹ ਵਿਚਾਰੀਆਂ ਸਾਨੂੰ। ਮੈਂ ਤਾਂ ਐਂ ਸੀ ਨਾ ਕਿਤੇ ਘਰ ਦੇ ਜਾਂਦੇ ਸਿਆਣਾ ਨਾ ਖਾਈਆਂ ਜੇ ਕਰਕੇ ਜਾ ਹੋਣਾ। ਨਾ ਨਾ, ਐਵੇਂ ਨਹੀਂ ਕੁਛ ਕਹਿੰਦੀਆਂ ਬਾਈ। ਇੱਦਾਂ ਆਪਾਂ ਨਾਲੇ ਉਹ ਇੱਕ ਹੈਗਾ ਇਹਦਾ ਜਿਹੜਾ ਡਿਪਲੋਮਾ ਮੁੰਡੇ ਨੇ ਕੀਤਾ, ਉਹਨਾਂ ਚਵਾ ਚਬੂ ਲਈਦਾ ਆਪ ਵੀ। ਅੱਛਾ ਅੱਛਾ, ਉਹ ਸ਼ਹਿਰ 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 ਤੇ ਉਹ ਜਾਲੀ ਜੀ ਪਾ ਲਈਦੀ ਆ। ਅੱਛਾ, ਆ ਵੀ ਪੈਲੀ ਆਪਣੀ ਆ ਬਾਈ, ਇੱਥੋਂ ਸ਼ੁਰੂ ਹੁੰਦੀ ਆ। ਅੱਛਾ, ਇੱਥੋਂ ਉਹ ਖੁੰਜ ਤੋਂ ਇਹ 'ਚ ਗ੍ਰੀਨ ਡੂੰਗ ਬੀਜੀ ਹੋ ਸੀਗੀ ਜੀ। ਅੱਛਾ, ਇਹਦੇ ਵਿੱਚ ਅਸੀਂ ਬੀਜੇ ਸੀਗੇ ਇਸ ਨਾ ਫਰਸੀਲੀਅਨ ਕਹਿੰਦੇ, ਇੱਕ ਜਾਤ ਦਾ ਨਾਂ ਆ, ਘਾਹ ਦਾ ਜਾਤ ਆ ਘਾਹ ਦੀ। ਅੱਛਾ, ਫਰਸੀਲੀਅਨ? ਹਾਂ, ਉਹ ਬੀਜਿਆ ਸੀਗਾ ਜੀ ਅਸੀਂ ਉਹਨੂੰ। ਜਾਮਣੀ ਰੰਗ ਦੇ ਤਾਂ ਦੋ ਉਂਗਲਾਂ ਕੋ ਫੁੱਲ ਆਉਂਦੇ ਆ। ਅੱਛਾ, ਉਹ ਅਸੀਂ ਮੱਕੀ ਲਈ ਬੀਜੀ ਹੋ ਸੀ ਇੱਥੇ, ਆਹ ਦੋ ਇੰਡੀਆ ਦੇ ਹੁਣੇ 3 ਕਿੱਲੇ। ਇੱਕ ਹੈਕਟਰ ਜਿਹੜਾ ਆ, ਇੱਕ 10x10 ਦਾ ਇੱਕ ਆ ਹੁੰਦਾ, 100 ਆ ਦਾ ਇੱਕ ਹੈਕਟਰ ਹੁੰਦਾ ਆ, ਆਪਣੇ 36-40 ਦਾ ਕਿੱਲਾ ਹੁੰਦਾ। ਕਿੱਲਾ ਹੁੰਦਾ ਇੱਥੇ ਆ ਤੇ ਹੈਕਟਰ, ਸਵਾ ਕੁ ਦੋ ਕੁ ਕਿੱਲੇ, ਮੈਂ 2 ਹੀ ਗਿਣਦਾ ਹੁੰਦਾ ਮੋਟੇ ਮੋਟੇ। ਛਿੜਕ ਜਾਂਦੇ ਇਹਨਾਂ ਦੇ ਵਿੱਚ, ਹਾਂ, ਕਿਉਂਕਿ ਉਹਨਾਂ ਨੂੰ ਖੁਰਾਕ ਵੀ ਬੀਓ ਹੀ ਪਈ ਹੋਣੀ ਚਾਹੀਦੀ ਤਾਂ ਢੇਰ ਪਾ ਸਕਦੇ ਆ। ਅੱਛਾ, ਹਾਂ ਉਦਾਂ ਨਹੀਂ ਆਇਆ ਨੀ ਹੈ ਉਹਨਾਂ ਨੂੰ ਚਾਰਾ ਕਿਸੇ ਦਾ ਮਰਜ਼ੀ ਪਾ ਦਿਓ? ਨਹੀਂ ਨਹੀਂ, ਇਹਦੀ ਮਿੱਟੀ ਚੈੱਕਅਪ ਲਈ ਜਾਣੀ ਹੈ ਨਾ ਲੈਬੋਰ ਦੇ ਵਿੱਚ ਗੌਰਮੈਂਟ ਦੇ। ਅੱਛਾ, ਉਹ ਵੀ ਕਣ ਆ ਜਾਣਗੇ ਜੇ ਗਾਈਆਂ ਨੇ ਕਣ ਦੀ ਖਾਸਤਾ ਨੰਬਰ ਲਿਖ ਕੇ, ਸੜਕ ਦਾ ਨੰਬਰ ਲਿਖ ਕੇ, ਮਿੱਟੀ ਖੂੰਜੇ ਤੋਂ ਖੂੰਜੇ ਨੂੰ ਦੇਣੀ ਆ। ਤੇ ਮਖੀਲ ਦੀਆਂ ਮੱਖੀਆਂ ਤਾਂ ਇੱਥੇ ਰੱਖੀਆਂ ਆ, ਇਹਨਾਂ ਨੂੰ ਫੁੱਲ ਪੈਂਦੇ ਫਿਰ ਇੱਥੋਂ ਆਪਣੀ ਖੁਰਾਕ ਲੈ ਲੈਂਦੀਆਂ, ਸਿਹਤ ਵੀ ਬਣਾ ਦਿੰਦੀਆਂ। ਦੇਖੋ ਹੁਣ ਫੁੱਲ ਆ, ਫੁੱਲ ਪਏ ਆ ਬਹੁਤ ਸੋਹਣੇ, ਇਹ ਫੁੱਲ ਇਹੋ ਜਿਹੇ ਰੰਗ ਦੇ ਨਿਕਲਦੇ ਇਹਨਾਂ ਨੂੰ ਇੱਦਾਂ ਦੇ, ਬਸ ਆ ਬੜੇ ਹੋ ਜਾਂਦੇ ਥੋੜ੍ਹੇ ਜਿਹਾ, ਦੇਖੋ ਥੋੜ੍ਹਾ ਸੂਰਜਮੁਖੀ ਵਾਲਾ ਹੀ ਆ ਸੂਰਜਮੁਖੀ। ਹਾਂ, ਹੁਣ ਤਾਂ ਮਖੀਲ ਦੀਆਂ ਮੱਖੀਆਂ ਇੱਥੇ ਲਿਖੀਆਂ, ਸਾਡੇ ਫੁੱਲ ਅਸੀਂ ਬਾਅਦ ਤੇ, ਹੁਣ ਉਹ ਦੇਖੋ ਪਰੇ ਰਾਇਆ ਬੀਜਿਆ ਕਿੰਨੇ ਮੱਖੀ ਕਰ ਰਹੀ ਆ ਆਪਦਾ ਕੰਮ। ਹਾਂਜੀ, ਮੱਖੀਆਂ ਇੱਥੇ ਇਸੇ ਕਰਕੇ ਆਉਣੀਆਂ ਜੀ ਆ ਲਓ ਤਾਂ। ਹਾਂਜੀ, ਹਾਂ ਉਹ ਦੇਖੋ ਹੁਣ ਉਹ ਪਰੇ ਤਾਰਾ ਮੀਰਾ ਬੀਜਿਆ ਆ ਸਾਡੇ ਕਿਸੇ ਗਵਾਂਢੀ ਜੱਟ ਨੇ ਉੱਥੇ। ਸੈਲਫੀ ਨਾਲ ਸੈਲਫੀ ਖਿੱਚੀਏ, ਖਿਚਾਓ ਜੀ ਖਿਚਾਓ ਜੇ ਮੂੰਹ ਦੀ ਗੱਲ ਕਰਦੇ ਬਾਈ ਜੀ, ਇੱਕ ਫੁੱਲ ਮਾਰਾਂ ਤੁਹਾਡੀ ਗੱਲ 'ਤੇ।
ਹੋਰ ਨਾ ਦਾਗ ਪੈ ਜੇ ਪਹਿਲਾਂ ਹੀ ਕਾਲਾ ਹਾਸੇ ਨਾਲ ਸੀ ਚਲਾਵਾ ਫੁੱਲ ਮਾਰਿਆ ਉਹੀ ਤਾਂ ਹੋਰ ਹੀ ਨਾ ਕਾਲਾ ਦਾਗ ਉਹ ਗਾਣ ਦਾ ਯਾਰ ਗੋਰੀ ਗੱਲ ਤੇ ਤੂੰ ਤਾਂ ਬਾਈ ਉਹ ਤਾਂ ਗੁੱਸਾ ਨਾ ਕਰੀ ਮੇਰੇ ਕੋਲ ਲੱਖ ਆਈ ਆ ਨੀਲ ਵੀ ਨਹੀਂ ਪੈਣਾ ਤੇਰੇ ਤਾਂ ਸਾਡੇ ਤਾਂ ਨੀਲ ਵੀ ਨਹੀਂ ਪੈਣਾ ਇਹ ਸੇਲਫੀ ਇਹ 10 ਸਾਲ ਦੀ ਫਸਲ ਆ ਜੀ ਇੱਕ ਵਾਰੀ ਬੀਜਤੀ 10 ਸਾਲ ਹਾਂ ਬਸ ਇਹ ਨਹੀਂ ਆਉਣਾ ਸਿਆਲ ਤੋਂ ਬਾਅਦ ਚ ਤੇਰਾ ਆਗੂ ਕਿਵੇਂ ਕੰਟਰੋਲ ਕਰਦੇ ਮੇਰਾ ਉਹ ਘਾਹ ਇਹਦੇ ਚ ਕੀ ਹੋਣਾ ਜਾਂ ਸਾਰੀ ਚੜ ਜਾਣੀ ਘਾਹ ਤਾਂ ਉੱਥੇ ਉਹ ਦਰਖਤ ਦੇ ਥੱਲੇ ਕਦੀ ਘਾਹ ਹੋਇਆ ਉਹੀ ਚੀਜ਼ ਆ ਜਾਂ ਸੂਰਜ ਨਹੀਂ ਪੈਣਾ ਸੂਰਜ ਦੀ ਰੋਸ਼ਨੀ ਜਿਹੜੀ ਜਿੱਥੇ ਪਵੇ ਉੱਥੇ ਇਹ ਚੀਜ਼ਾਂ ਵੱਢਦੇ ਕਾਹਦੇ ਨਾਲ ਫਿਰ ਬਾਈ ਇਹ ਕੰਪੈਨ ਆਉਂਦੀ ਆ ਜੀ ਹੁਣ ਇੱਦਾਂ ਵੱਢਦੀ ਚੱਲ ਜਾਣਾ ਬਾਅਦ ਚ ਇੱਕ ਕੰਪੈਨ ਉਹਦੀ ਵੱਟਾਂ ਹੀ ਬਣਾ ਦਿੰਦੀ ਆ ਉਹ ਇੱਦਾਂ ਚੱਕ ਕੇ ਇੱਦਾਂ ਲੱਦ ਕੇ ਲੈ ਜਾਂਦੇ ਆ ਫਿਰ ਇਹਦੀ ਜਾਣੀ ਕਿ ਬਾਇਓਗੈਸ ਬਣਦੀ ਆ ਹਾਂ ਬਾਇਓਗੈਸ ਬਣਦੀ ਇਹ ਹੁਣ ਅਸੀਂ ਆਪਣੇ ਖੇਤਾਂ ਨੂੰ ਦਮ ਦਵਾਇਆ ਜੀ ਇਸ ਅਪ੍ਰੈਲ ਦੇ ਵਿੱਚ ਗ੍ਰੀਨ ਡੁੰਗ ਬੀਜਿਆ ਸੀ ਐਸੀ ਹੋਣੀ ਚ ਇਹਦੀ ਅਸੀਂ ਕਿਉਂਕਿ ਖਾਦ ਕੋਈ ਨਹੀਂ ਪਾਉਂਦੇ ਤੁਸੀਂ ਮਾੜਾ ਗ੍ਰੀਨ ਡੁੱਗ ਦਾ ਸਾਨੂੰ ਦੂਜਾ ਵੀ ਦੱਸੋ ਨਾ ਗ੍ਰੀਨ ਡੁੱਗ ਤੋਂ ਸਾਨੂੰ ਸਮਝ ਨਹੀਂ ਆਉਣਾ ਸਾਡੇ ਗ੍ਰੀਨ ਡੁੰਗਾ ਦਾ ਮਤਲਬ ਹੁੰਦਾ ਜਿੱਦਾਂ ਤੁਸੀਂ ਖੇਤ ਗੁਵਾਰਾ ਬੀਜ ਦਿੰਦੇ ਆ ਕੀ ਰੈਸਣ ਬੀਜ ਦਿੰਦੇ ਆ ਟਿੰਜਣ ਟਿੰਜਣ ਕੋਈ ਰੈਸਣ ਕਹਿ ਦਿੰਦਾ ਜਿਹੜੀ ਦੱਬਣ ਵਾਲੀ ਫਸਲ ਵਿੱਚ ਹਾਂ ਉਹਨੂੰ ਵਿੱਚੇ ਵਾਹ ਤਾ ਵਾਹ ਕੇ ਫਿਰ ਵਾਹ ਦਿੱਤਾ ਤਵੀਆਂ ਨਾ ਉਹਨੂੰ ਕੱਟ ਦਿੱਤਾ ਹੁਣ ਇਹਦੇ ਵਿੱਚ ਮੀਂਹ ਪਊਗਾ ਜਿਹੜਾ ਘਾਹ ਫੂਸ ਹੋਊਗਾ ਬੀ ਬੂ ਹੋਊਗਾ ਉੱਗ ਜਾਊਗਾ ਆਉਣ ਵਾਲੇ ਸਿਆਲ ਦੇ ਵਿੱਚ ਵੀ ਸਾਨੂੰ ਘੱਟ ਥੋੜ੍ਹੀ ਮਿਹਨਤ ਘੱਟ ਕਰਨੀ ਪਊਗੀ ਹੱਥੀਂ ਕਿਉਂਕਿ ਅਸੀਂ ਸਾਰਾ ਘਾਹ ਹੱਥੀਂ ਕੱਢਦੇ ਹਾਂ ਬਾਈ ਕੋਈ ਮਸ਼ੀਨ ਨਹੀਂ ਇੱਦਾਂ ਦੀ ਹੈਗੀ ਹਾਂ ਇਸ ਕਰਕੇ ਫਿਰ ਢੇਰ ਪਵਾ ਦਿੱਤਾ ਫਿਰ ਇੱਥੇ ਬੀਜੋਗੇ ਕੀ ਹੁਣ ਇਹ ਤੋਂ ਬਾਅਦ ਇਹ ਤਾਂ ਜੀ ਹੁਣ ਪਲਾਨ ਦੇਖਣਾ ਪੈਣਾ ਵੀ ਪਿਛਲੇ ਸਾਲ ਇਹਦੇ ਵਿੱਚ ਕੀ ਸੀ ਜੇ ਕੋਲ ਬੀਜਦੇ ਕੋਲ ਕਹਿੰਦੇ ਆ ਜਿੱਦਾਂ ਬ੍ਰਾਹਮਣ ਗੋਭੀ ਹੋ ਗਈ ਬਰੋਕਲੀ ਹੋ ਗਈ ਮੂਲੀਆਂ ਹੋ ਗਈਆਂ ਸ਼ਗਲਮ ਹੋ ਗਏ ਇਹ ਇੱਕ ਕੋਲ ਦੀ ਜਾਤ ਆ ਜੇ ਉਹ ਬੀਜੀ ਹੋਈ ਇੱਥੇ ਅਸੀਂ ਉਹ 3 ਸਾਲ ਨਹੀਂ ਬੀਜ ਸਕਦੇ ਅੱਛਾ ਫਿਰ ਬਿਮਾਰੀ ਦਾ ਨਾਂ ਹੈ ਕਲੋਹੀਨ ਉਹ ਜੜ੍ਹਾਂ ਨੂੰ ਉਹਨੇ ਜੜ੍ਹਾਂ ਨੂੰ ਪੈ ਕੇ ਬੈਕਟੀਰੀਅਨ ਜ਼ਿਆਦਾ ਛੱਡ ਦੇਣ ਵਿੱਚ ਜਿਹੜੀ ਫਸਲ ਬੀਜੂਗੇ ਸਾਰੀ ਖਰਾਬ ਹੋਊਗੀ ਤੁਹਾਡੀ ਸੋ ਉਹ ਬਦਲਾ ਕਰਕੇ ਬੀਜਦੇ ਹੋ ਹਾਂਜੀ ਬਦਲਾ ਕਰਨਾ ਪੈਣਾ ਜਿਹੜੀ ਜਿਹੜਾ ਕੋਈ ਵੀ ਜਿੱਦਾਂ ਸਲਾਦ ਆ ਉਹਦਾ ਕੋਈ ਚੱਕਰ ਨਹੀਂ ਪਰ ਮੱਕੀ ਆ ਇਹਨੂੰ ਇਹਦੀ ਜੜ੍ਹ ਨੂੰ ਬਿਮਾਰੀ ਨਹੀਂ ਪੈਂਦੀ ਆਪਾਂ ਹਰੇਕ ਸਾਲ ਬੀਜੀ ਜਾਓ ਸੋ ਬਾਈ ਜੀ ਗੱਲਾਂ ਬਾਤਾਂ ਚੱਲ ਰਹੀਆਂ ਆਪਣੀਆਂ ਜਰਮਨ ਦੀ ਖੇਤੀ ਬਾਰੇ ਹਾਂਜੀ ਤੁਸੀਂ ਵੀ ਜਰਮਨ 'ਚ ਖੇਤੀ ਕਰ ਰਹੇ ਹੋ ਅਤੇ ਦੇਖੋ ਓਵਰਆਲ ਤਾਂ ਕਈ ਚੀਜ਼ਾਂ ਨਾਲ ਨੇੜੇ ਜਿਹੇ ਹੁੰਦੀਆਂ ਲੱਗਦੀਆਂ ਹੁੰਦੀਆਂ ਪਰ ਕਈ ਵਾਰੀ ਤਕਨੀਕ ਇੱਕ ਬੰਦਾ ਬੜਾ ਔਖਾ ਹੋ ਕੇ ਕਰ ਰਿਹਾ ਹੁੰਦਾ ਇੱਕ ਬੰਦਾ ਬੜਾ ਸੌਖੇ ਤਰੀਕੇ ਨਾਲ ਉਹੀ ਕਰ ਰਿਹਾ ਹੁੰਦਾ ਸਾਡੇ ਜਿਹੜੇ ਸ਼ੋਅ ਆ ਇਹਨਾਂ ਦਾ ਇੱਕ ਮਕਸਦ ਹੀ ਇਹ ਆ ਵੀ ਕਈ ਵਾਰੀ ਕੋਈ ਬੰਦੇ ਨੂੰ ਕੰਨ ਫੜਨ ਦਾ ਤਰੀਕਾ ਬੜਾ ਸੁਖਾਲਾ ਆਉਂਦਾ ਹੁੰਦਾ ਅਤੇ ਜੇ ਉਹ ਫੜ ਕੇ ਦਿਖਾ ਦੇ ਤਾਂ ਦੂਜੇ ਨੂੰ ਵੀ ਉਹ ਫੋਲੋ ਕਰਨਾ ਸੌਖਾ ਹੋ ਜਾਂਦਾ ਹੁਣ ਜਦੋਂ ਤੁਸੀਂ ਬਾਇਓ ਦੀ ਵਾਰ ਵਾਰ ਗੱਲ ਆਉਂਦੀ ਆਪਣੀ ਵੀ ਬਾਇਓ ਟੈਕਨੀਕ ਨਾਲ ਤੁਸੀਂ ਤਾਂ ਜਿਹੜੀ ਇਹ ਜ਼ਮੀਨ ਖਰੀਦੀ ਤੁਸੀਂ ਦੱਸਿਆ ਪਹਿਲਾਂ ਹੀ ਬਾਇਓ ਸੀ ਹੁਣ ਮੰਨ ਲਓ ਮੈਂ ਆਉਣਾ ਇੱਥੇ ਮੈਂ ਆ ਕੇ ਨਵੀਂ ਜ਼ਮੀਨ ਖਰੀਦਾਂ ਅਤੇ ਉਹ ਜ਼ਮੀਨ ਹੁੰਦੀ ਹੈ ਨੋਰਮਲੀ ਜਿਵੇਂ ਅਸੀਂ ਜ਼ਹਿਰਾਂ 'ਤੇ ਲਾਈ ਹੋਈ ਆ ਤਾਂ ਉਹਨੂੰ ਬਾਇਓ ਬਣਾਇਆ ਜਾ ਸਕਦਾ ਕਿੱਡਾ ਕੁ ਔਖਾ ਅਤੇ ਕੀ ਪ੍ਰੋਸੀਜਰ ਕਰਨਾ ਪੈਂਦਾ ਉਹਦੇ ਲਈ ਪਹਿਲਾਂ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਤੁਸੀਂ ਬੈਠੋ ਇਹ ਲੰਮਾ ਪੰਧ ਆ ਕਿਉਂਕਿ ਮੇਰੀ ਸਿਹਤ ਥੋੜ੍ਹੀ ਮਸਤਾਨੀ ਆ ਅਤੇ ਮੇਰੀ ਲੱਤ ਨੂੰ ਸੋਜ ਪੈ ਜਾਣੀ ਆ ਬਹਿ ਕੇ ਗੱਲ ਕਰਦੇ ਕੋਈ ਨਹੀਂ ਕੋਈ ਨਹੀਂ ਆਪਣੇ ਕੁਰਸੀਆਂ ਪਈਆਂ ਹੀ ਇੱਥੇ ਇਹਦਾ ਕੋਈ ਚੱਕਰ ਨਹੀਂ ਆਪਣੀ ਜਿਹੜਾ ਬੀਓ ਆ ਜੀ ਇਹ ਜੋ ਤੁਹਾਨੂੰ ਪਰਮੇਸ਼ਰ ਨੇ ਦੇ ਦਿੱਤਾ ਜੀ ਜੋ ਕੁਦਰਤ ਨੇ ਧਰਤੀ ਨੇ ਦੇ ਦਿੱਤਾ ਉਹ ਉਹਨੂੰ ਬੀਓ ਕਹਿੰਦੇ ਆ ਇੱਕ ਹੋ ਗਿਆ ਬੀਓ ਜਰਮਨ 'ਚ ਇੱਕ ਹੋ ਗਿਆ ਕੋਨਵੈਂਸੂਨੈਲ ਕੈਮੀਕਲ ਦਵਾਈ ਇੱਕ ਹੋ ਗਿਆ ਬੀਓ ਸਾਡੇ ਵਾਲੀ ਠੀਕ ਹੈ ਜੀ ਠੀਕ ਹੈ ਜੀ ਇੱਕ ਹੁੰਦਾ ਬੀਓ ਲਾਂਡ ਉਹ ਬੀਓ ਤੋਂ ਵੀ ਉੱਤੇ ਅੱਛਾ ਉਹਨੇ ਥੋੜ੍ਹਾ ਹੋਰ ਡਿਸਿਪਲਿਨ ਉਹਨਾਂ ਦੇ ਕਰੈਕਟਰ ਹੋਰ ਆ ਇੱਕ ਹੁੰਦਾ ਡੇ ਮੀਟਰ ਉਹ ਫਿਰ ਹੋਰ ਉੱਤੇ ਆ ਜਾਂਦਾ ਚੱਲ ਗਿਆ ਅੱਛਾ ਹੁਣ ਅਸੀਂ ਬੀਓ ਲੈਂਡ ਤੋਂ ਡੇ ਮੀਟਰ ਕੀਤਾ ਆ ਅੱਛਾ ਉਦੋਂ ਵੀ ਅਗਲੇ ਲੈਵਲ 'ਤੇ ਪਹੁੰਚੇ ਹੋਏ ਉਦੋਂ ਵੀ ਉਹ ਕਿਉਂਕਿ ਲੋਕਾਂ ਦੀ ਮੰਗ ਸੀ ਡਿਮਾਂਡ ਸੀ ਉਹਦੇ ਵਿੱਚ ਇੱਦਾਂ ਇੱਕ ਪੱਥਰ ਦੀ ਫਟਕੜੀ ਵਾਂਗੂ ਹੁੰਦਾ ਪੱਥਰ ਉਹਦਾ ਆਟਾ ਇੱਕ ਗਾਂ ਜਾਂ ਬਲਦ ਦੇ ਸਿੰਗ ਦਾ ਆਟਾ ਇੱਕ ਦੋ ਚੀਜ਼ਾਂ ਹੋਰ ਆ ਇਹਨਾਂ ਦੀਆਂ ਉਹ ਮਿਲਾ ਕੇ ਪਾਣੀ ਦੇ ਵਿੱਚ ਘੋਲ ਕੇ ਪਹਿਲਾਂ ਖੇਤ ਨੂੰ ਸਪਰੇ ਕਰਨੀ ਆ ਅੱਛਾ ਉਹਦੇ ਨਾਲ ਇੱਦਾਂ ਇਹਨਾਂ ਦਾ ਮੰਨਣਾ ਆ ਇਹਨਾਂ ਦਾ ਹੋਇਆ ਰੂਡਲ ਰੂਡਲ ਕਹਿੰਦੇ ਉਹ ਸੰਤ ਹੋਇਆ ਇੱਕ ਇਹਨਾਂ ਦਾ ਰੂਡਲ ਸਟਾਈਨ ਉਹ ਉਹ ਸਵਿਟਜ਼ਰਲੈਂਡ ਦੇ ਵਿੱਚ ਉਹਦਾ ਆਸ਼ਰਮ ਆ ਮੈਨੂੰ ਸ਼ਹਿਰ ਦਾ ਨਾਂ ਵੀ ਆ ਜਾਊਗਾ ਹੈਗਾ ਜਰਮਨ ਦਾ ਸੀ ਉਹ ਇਹਨੇ ਉੱਥੋਂ ਕੱਢਤਾ ਸੀ ਉਹ ਆਪਣਾ ਵੱਖਰਾ ਰਿਲੀਜਨ ਬਣਾਉਣ ਲੱਗ ਪਿਆ ਸੀ ਫਿਰ ਉੱਥੇ ਚਲ ਗਿਆ ਰੂਡਲ ਸ਼ਰਾਈਨ ਉਹਨੇ ਫਿਰ ਉਹਦੇ ਸਕੂਲ ਵੀ ਆ ਵਰਲਡ ਆਫ ਸਕੂਲ ਉਹਨੇ ਫਿਰ ਇਹ ਕਾਢ ਕੱਢੀ ਸੀ ਵੀ ਜੇਕਰ ਇਹ ਸਪਰੇਅ ਕੀਤੀ ਜਾਵੇ ਆਹ ਚੀਜ਼ਾਂ ਦੀ ਤਾਂ ਧਰਤੀ ਹੋਰ ਪਵਿੱਤਰ ਹੋ ਜਾਊ ਉਹਨੂੰ ਮੰਨਣ ਵਾਲੀ ਦੁਨੀਆ ਬਹੁਤ ਹੈ ਖਾਸ ਕਰਕੇ ਇਸ ਏਰੀਏ ਦੇ ਵਿੱਚ ਬਾਰਡਰ ਏਰੀਏ 'ਚ ਕਿਉਂਕਿ ਸਵਿਟਜ਼ਰਲੈਂਡ ਨੂੰ ਬਾਰਡਰ ਲੱਗਦਾ ਡੋਨਾਖ ਸ਼ਹਿਰ ਦਾ ਨਾਂ ਆ ਡੋਨਾਖ ਸਵਿਟਜ਼ਰਲੈਂਡ ਦੇ ਵਿੱਚ
ਭਰ ਕੇ ਦੇਖ ਲਿਆ ਗੂਗਲ ਹੈ ਜਿੱਦਾਂ ਅੰਡਾ ਹੁੰਦਾ ਐਡਾ ਵੱਡਾ ਆਸ਼ਰਮ ਬਣਾਇਆ ਬਹੁਤ ਟੈਕਨੀਕ ਦੇ ਨਾਲ ਉੱਥੇ ਇੰਜੀਨੀਅਰ ਦੁਨੀਆ ਦੇ ਬਿਹਤਰੀਨ ਇੰਜੀਨੀਅਰ ਨੇ ਬਣਾਇਆ ਆ ਉਹ ਉਹਨੇ ਡੇ ਮੀਟਰ ਦੀ ਕਾਢ ਕੱਢੀ ਸੀ ਉਹਦੀਆਂ ਬੁੱਕਾਂ ਵੀ ਲਿਖੀਆਂ ਉਹਦੇ ਸਕੂਲ ਵੀ ਆ ਉਹਦਾ ਆਪਣਾ ਧਰਮ ਵੀ ਆ ਹਾਂਜੀ ਉਹ ਫਿਰ ਲੋਕਾਂ ਦੀ ਮੰਗ ਸੀ ਜਿਹੜਾ ਮੇਰਾ ਪਾਰਟਨਰ ਸੀ ਉਹ ਥੋੜ੍ਹਾ ਉਹਦਾ ਸੇਵਕ ਰੱਖ ਲਓ ਚੇਲਾ ਰੱਖ ਲਓ ਉਹਨੂੰ ਮੰਨਦਾ ਆ ਉਹ ਕਹਿੰਦਾ ਭਾਜੀ ਕਹਿੰਦਾ ਹੁੰਦਾ ਮੈਨੂੰ ਕਹਿੰਦਾ ਇਵੇਂ ਕਰ ਲਈਏ ਮੈਂ ਕਿਹਾ ਮੈਨੂੰ ਤਾਂ ਕੋਈ ਚੱਕਰ ਨਹੀਂ ਇਵੇਂ ਕਰ ਲੈਂਦੇ ਹਾਂ ਬਾਕੀ ਤੁਸੀਂ ਗੱਲ ਕੀਤੀ ਵੀ ਬੀ ਉਹਦਾ ਪਤਾ ਕਿੱਦਾਂ ਜਿੱਦਾਂ ਦਵਾਈ ਵਾਲੀ ਫਾਰਮ ਲਾ ਲਓ ਵੀ ਸਾਡੀ ਬੀ ਉਹਦੇ 4 ਕਿੱਲੇ ਅਸੀਂ ਵਧਾਉਣੀ ਆ ਫਾਰਮ ਅਸੀਂ ਕੋਨਵੈਂਸ ਨੈਲ ਲੈ ਲਏ ਕੈਮੀਕਲ ਵਾਲੇ ਖੇਤ ਲੈ ਲਏ ਉਹ ਸਾਨੂੰ ਰਜਿਸਟਰਡ ਕਰਾਉਣੇ ਪੈਣੇ ਆ ਖਾਸਤਾ ਨੰਬਰ ਸੜਕ ਨੰਬਰ ਵੀ ਆਹ ਤਰੀਕ ਤੋਂ ਅਸੀਂ ਇਹਨੂੰ ਬੀਓ ਬਣਾਉਣਾ ਚਾਹੁੰਦੇ ਹਾਂ ਗੌਰਮੈਂਟ ਦੇ ਕਾਨੂੰਨ ਕਹਿੰਦਾ ਇਹ ਕਹਿੰਦਾ ਵੀ 3 ਸਾਲ 2 ਸਾਲ ਤਾਂ ਜਿਹੜੇ ਆ ਤੀਸਰਾ ਸਾਲ ਤਾਂ ਫਿਰ ਅੱਧਾ ਆ ਜਾਂਦਾ 2.5 ਸਾਲ ਰੱਖ ਲਓ ਇਹਦੇ ਵਿੱਚ ਤੁਸੀਂ ਗ੍ਰੀਨ ਡੁੰਗ ਬੀਜਣੀ ਆ ਜਿਹਦੇ ਵਿੱਚ ਹੋ ਗਿਆ ਆਕਾ ਬੋਨਨ ਖੇਤਾਂ ਵਾਲੇ ਜਿਹੜੇ ਫਲੀਆਂ ਆਕਾ ਐਪਸਨ ਮਟਰ ਜਿਹੜੇ ਖਾ ਨਹੀਂ ਸਕਦੇ ਆਪਾਂ ਉਹਨੂੰ ਬਾਹਣਾ ਵਿੱਚ ਜੰਗਲੀ ਮਟਰ ਹਾਂ ਲੁਸੈਨ ਹੋ ਗਿਆ ਖਲੇ ਹੋ ਗਈ ਹਾਂਜੀ ਫਰਸੀਲੀਅਨ ਹੋ ਗਏ ਚਰੀ ਹੋ ਗਈ ਵੀ ਜੌਂ ਹੋ ਗਿਆ ਉਹ ਵਿੱਚੇ ਵਾਹੀ ਜਾਣੇ ਠੀਕ ਆ ਉਹਦੇ ਨਾਲ ਇੱਦਾਂ ਆ ਵੀ ਤੁਸੀਂ ਨਾਲੇ ਤਾਂ ਤੁਹਾਡੇ ਜਿਹੜਾ ਲੁਸੈਨ ਹੁੰਦਾ ਜਾਂ ਕਲੇ ਹੁੰਦੀ ਆ ਮੈਣਾ ਹੁੰਦਾ ਜਿਹਨੂੰ ਕਹਿੰਦੇ ਜੇ ਅਸੀਂ ਉਹ ਬੀਜੀਏ ਵਿੱਚ ਰਲਾ ਕੇ ਉਹ ਚੌੜਾ ਹੋ ਜਾਂਦਾ ਛੱਤੇ ਵਾਂਗੂ ਜਿੱਦਾਂ ਜਿੱਦਾਂ ਘਾਹ ਹੋਰ ਵਧੀ ਜਾਣਾ ਸੀ ਉੱਤੋਂ ਕੁਤਰੀ ਜਾਣਾ ਉਹਦੀ ਜੜ ਅਤੇ ਉਹ ਫੈਲੀ ਜਾਣਾ ਹੁਣ ਕੈਮੀਕਲ ਨਾਲ ਵਧੀ ਜਾਣਾ ਅਸੀਂ ਉੱਤੋਂ ਕੱਟੀ ਜਾਣਾ ਉਹ ਵਧੀ ਜਾਣਾ ਕੈਮੀਕਲ ਉਹਨਾਂ ਘਟੀ ਜਾਣਾ ਖੇਤਾਂ ਦੇ ਵਿੱਚੋਂ ਉਹਨੂੰ ਅਬਜ਼ਰਵ ਕਰੀ ਜਾਂਦਾ ਹਾਂਜੀ ਫਿਰ ਅਸੀਂ ਤਿੰਨਾਂ ਸਾਲਾਂ ਬਾਅਦ ਜਿਹੜੀ ਜ਼ਮੀਨ ਅਸੀਂ ਰਜਿਸਟਰਡ ਕਰਾਈ ਆ ਬੀਓ ਬਣਾਉਣ ਲਈ ਫਿਰ ਸਾਨੂੰ ਖੂੰਜੇ ਤੋਂ ਖੂੰਜੇ 5 ਵਾਰੀ ਮਿੱਟੀ ਪੱਟਣੀ ਪੈਣੀ ਆ ਪੱਟ ਕੇ ਉਹ 'ਚ ਨੰਬਰ ਪਾਉਣਾ ਖੇਤ ਦਾ ਫਿਰ ਉਹ ਅਸੀਂ ਲੈਬੋਰ 'ਚ ਭੇਜਣੀ ਗੌਰਮੈਂਟ ਦੇ ਸੇਮ ਮਿੱਟੀ ਟੈਸਟ ਵਾਸਤੇ ਹਾਂ ਫਿਰ ਉਹਨੀ ਦਾ ਸਾਨੂੰ ਡਿਸੀਜਨ ਦੇਣਾ ਵੀ ਇਹਦੇ ਵਿੱਚ ਤੁਸੀਂ 3 ਮਹੀਨੇ ਵਾਲੀ ਫਸਲ ਬੀਜ ਸਕਦੇ ਜਾਂ 6 ਮਹੀਨੇ ਵਾਲੀ 6 ਮਹੀਨੇ ਵਾਲੀ ਭਾਵ ਮੱਕੀ ਜਾਂ ਹੋਰ ਕੋਈ ਕੱਦੂ ਹਾਂਜੀ 3 ਮਹੀਨੇ ਵਾਲੀ ਲਾ ਲਓ ਵੀ ਗਾਜਰਾਂ 120 ਦਿਨ ਲੈਂਦੀਆਂ ਮੂਲੀਆਂ ਲੈਂਦੀਆਂ 12 ਹਫ਼ਤੇ ਲੈਂਦੀਆਂ ਫਿਰ ਉਹ ਬੀਜ ਸਕਦੇ ਹਾਂ ਫਿਰ ਉਹਨੂੰ ਇਹ ਹੁੰਦਾ ਵੀ 6 ਮਹੀਨਿਆਂ ਦੇ ਐਂਡ 'ਤੇ ਹੀ ਜਾਤੀ ਫਸਲ ਪੱਕਣੀ ਉੱਥੇ ਹੋਰ ਕੈਮੀਕਲ ਘੱਟ ਜੂ ਹੋਰ ਘੱਟ ਜੂ ਫਿਰ ਉਦੋਂ ਬਾਅਦ ਆਜ਼ਾਦੀ ਹੁਣ ਵੱਧਦੀ ਜਾਊ ਹਾਂ ਪਰ ਜੇ ਤੁਸੀਂ ਉਹਨਾਂ ਦਾ ਕਹਿਣਾ ਨਾ ਮੰਨੋ ਸਾਲ 'ਚ 1 ਵਾਰੀ ਸਾਡੇ ਕੰਟਰੋਲ ਹੁੰਦਾ ਉਹ ਦਫ਼ਤਰ ਵਾਲੇ ਜਿਹੜਾ ਮਹਿਕਮਾ ਆ ਜਿਹੜਾ ਸਾਨੂੰ ਕਵਰ ਕਰਦਾ ਉਹਨੇ ਸਾਨੂੰ ਚਿੱਠੀ ਭੇਜ ਦੇਣੀ ਆ ਵੀ ਅਸੀਂ ਤੁਹਾਡੇ ਆਹ ਸਾਲ ਦੇ ਵਿੱਚ ਵੀ ਕੰਟਰੋਲ ਕਰਨ ਆਉਣਾ ਆਹ ਤੁਸੀਂ ਤਰੀਕ ਅਸੀਂ ਦੱਸਣੀ ਆ ਵੀ ਜਦੋਂ ਅਸੀਂ ਵਿਹਲੇ ਹਾਂ ਸਾਨੂੰ ਤੰਗ ਨਹੀਂ ਕਰਦੇ ਉਹ ਅਸੀਂ ਕਰਤੀ ਜੀ ਠੀਕ ਹੈ ਜੀ ਅਸੀਂ ਉਹ 6 ਮਹੀਨਿਆਂ 'ਚ ਉਹਨੇ ਕਿਹਾ 6 ਮਹੀਨੇ ਵਾਲੀ ਫਸਲ ਬੀਜਣੀ ਮੈਂ ਬੀਜਤੀ 3 ਮਹੀਨੇ ਵਾਲੀ ਉੱਤੋਂ ਆ ਗਏ ਉਹ ਉਹਨੇ ਸੈਂਪਲ ਲੈ ਜਾਣਾ ਵੀ ਤੈਂ ਸਾਡਾ ਕਹਿਣਾ ਨਹੀਂ ਮੰਨਿਆ ਤੂੰ ਹੁਣ 1000 ਜੁਰਮਾਨਾ ਦੇ ਇੱਕ ਕਿਸਮ ਦੀ ਗਰਦੌਰੀ ਕਰਦੇ ਆ ਉਹ ਅੱਛਾ ਫਿਰ ਜਦੋਂ ਆਉਂਦੇ ਆ ਮੈਂ ਉਹਨਾਂ ਸੱਦ ਲਿਆ ਮੇਰਾ ਪਹਿਲਾ ਪਲਾਨ ਬਣਿਆ ਹੋਣਾ ਵੀ ਫਲਾਨੇ ਖੇਤ ਦਾ ਨਾਂ ਆਇਆ ਇੱਥੇ ਵੀ ਨਾਂ ਆ ਖੇਤਾਂ ਦੇ ਜਿੱਦਾਂ ਆਪਣੇ ਇੰਡੀਆ ਸਾਡੇ ਖੇਤ ਆ ਮਾਝੀ ਵਾਲਾ ਖੰਭੇ ਵਾਲਾ ਟੀਡੇ ਵਾਲਾ ਗੋਰੇ ਵਾਲਾ ਇੱਥੇ ਵੀ ਨਾਂ ਨੇ ਇੱਦਾਂ ਫਿਰ ਮੈਂ ਨਾਂ ਲਿਖ ਦੇਣਾ ਵੀ ਆਹ ਸੜਕ ਦਾ ਨਾਂ ਆ ਅਤੇ ਆਹ ਖੇਤ ਆ ਵੀ ਇਹਦੇ ਵਿੱਚ ਆ ਹੁੰਦੇ 10x10 ਦਾ ਇੱਕ ਆ ਹੁੰਦਾ 100 ਆ ਦਾ 1 ਹੈਕਟਰ ਹੁੰਦਾ ਅੱਛਾ 10x10 10x10 ਕੀ ਮੀਟਰ 10 ਮੀਟਰ ਇਹਨੂੰ 10 ਇਹਨੂੰ 10 ਇਹਨੂੰ ਉਹਨੂੰ ਇੱਕ ਆ ਕਹਿ ਦਿੰਦੇ ਆ ਕਹਿੰਦੇ ਉਹਨੂੰ 100 ਆ ਦਾ 1 ਹੈਕਟਰ ਹੁੰਦਾ ਯਾਨੀ ਕਿ 2.5 ਕਿੱਲੇ ਨਹੀਂ ਹੁੰਦੇ ਇੱਥੇ ਚਲੋ ਕਿੱਲੇ ਇੱਥੇ ਵੱਟ ਬਣਨਾ ਨਹੀਂ ਹੈਗਾ ਜੇ ਕੋਈ ਜੱਟ ਤੁਹਾਡੇ ਵੱਲ ਨੂੰ ਤੁਰਿਆ ਉਹਨੂੰ ਕਹਿ ਦਿਓ ਫਲਾਨਾ ਸਿਆ ਮਾਇਆ ਹੈ ਮਾਇਆ ਤੂੰ ਯਾਰ ਇਹਨੂੰ ਤੁਰਿਆ ਹੁੰਦਾ ਉਹਨੂੰ ਕਹਿਣਾ ਫਸਲ ਵਾੜ ਲੈਂਦੇ ਕਾਰਨ ਪਰੇ ਨੂੰ ਚੱਲ ਜਾਊ ਕਿਉਂਕਿ ਇੱਥੇ ਕਾਨੂੰਨ ਆ ਜੇ ਲਾ ਲਓ ਨਹੀਂ ਮੇਰਾ ਕਹਿਣਾ ਮੰਨਦਾ ਮੈਂ ਉਹ ਫਾਰਮ ਵਾਲੇ ਸੱਦ ਲੈਣੇ ਦਫ਼ਤਰ ਵਾਲੇ ਉਹਨੇ ਕੋ ਤਾਂ ਲੈਂਜ ਆ ਉਹਨੇ ਦੇਖ ਲੈਣਾ ਆਪਣੀ ਬੁਰਜੀਆਂ ਤੋਂ ਕਿੱਥੇ ਕਿੱਥੇ ਜਿਹੜਾ ਵੀ ਇੱਕ ਕਹਿ ਜੇ ਮੇਰਿਆਂ ਨੂੰ ਇੰਨੀ ਜਗ੍ਹਾ ਵੱਧ ਗਈ ਉਹਨੇ 500 ਮੈਨੂੰ ਪਾ ਦੇਣਾ ਜੇ ਉੱਧਰ ਵੱਧ ਗਏ ਤਾਂ ਉਹਨੂੰ ਪਾ ਦੇਣਾ ਇੱਥੇ ਰੌਲਾ ਨਹੀਂ ਕੋਈ ਹੈਗਾ ਰੌਲਾ ਨਹੀਂ ਕੋਈ ਹੈਗਾ ਵੱਟ ਪਾਉਣ ਦੀ ਲੋੜ ਹੀ ਨਹੀਂ ਵੱਟ ਦਾ ਰੌਲਾ ਹੀ ਨਹੀਂ ਜੇ ਨਾ ਵੱਟ ਪਾਉਣਾ ਉਹਨੂੰ ਛੱਕਿਆ ਮੈਂ ਪਾਇਆ ਆ ਹੁਣ ਮੇਰੇ ਮੈਨੂੰ ਕਹਿੰਦੇ ਨਾ ਕਹਿਣਾ ਮੰਨਿਆ ਉਹਨੂੰ ਸੱਦ ਲੈਣਾ ਗੱਲ ਉਹ ਆ ਗਈ ਫਿਰ ਉਹਦੇ ਵਿੱਚ ਕੌਨਵੈਂਸ ਨੈਲ ਦੀ ਫਿਰ ਉਹ ਫਿਰ ਜਦੋਂ ਹੋ ਜਾਂਦੀ ਆ ਜਾਂ ਦਫ਼ਤਰ ਦੇ ਵਿੱਚ ਆਉਂਦੇ ਆ ਉਹ ਉੱਦਾਂ ਵੀ ਸਾਡਾ ਕੰਟਰੋਲ ਕਰਨਾ ਫਿਰ ਮੈਂ ਉਹਨਾਂ ਦੱਸ ਦੇਣਾ ਵੀ ਆਹ ਖੇਤ ਦੇ ਵਿੱਚ ਇੰਨੇ ਆ ਮਰਲੇ ਰੱਖ ਲਓ ਆ ਕਹਿ ਲਓ ਵੀ ਪਾਲਕ ਆ ਇੱਥੇ ਲਸਣ ਆ ਇਹਨਾਂ ਦਾ ਲੌਕ ਕਹਿ ਦਿੰਦੇ ਉਹਨੂੰ ਇੱਕ ਹੈਕਟਰ ਆਲੂਆਂ ਦਾ ਆ 1 ਹੈਕਟਰ ਗਾਜਰਾਂ ਦਾ ਹੈਗਾ 2 ਹੈਕਟਰ ਕੱਦੂਆਂ ਦੇ ਆ ਅੱਧਾ ਖੇਤ ਫਲਾਨਾ ਖੇਤ ਜਿਹੜਾ ਆ ਉਹ ਗੋਭੀ ਅਤੇ ਦੂਜੀਆਂ ਚੀਜ਼ਾਂ ਦਾ ਆ ਉਹਨੇ ਕਹਿਣਾ ਠੀਕ ਆ ਹੁਣ ਕਹਿਣਾ ਮੇਰੇ ਨਾਲ ਜੀਪ 'ਚ ਬਹਿ ਜਾ ਮੈਂ ਬਹਿ ਜਾਣਾ
ਮੈਂ ਉਹਨੂੰ ਹੁਣ ਖੇਤ ਦਾ ਨੰਬਰ ਦੇਖਣਾ ਵੀ ਆ ਖੇਤ 'ਚ ਪਾਲਕ ਲਿਖਿਆ ਵਾਕੇ ਪਾਲਕ ਹੈਗੀ ਆ ਇੱਥੇ ਕੱਦੂ ਗਿਆ ਕੱਦੂ ਹੈਗੇ ਆ ਫਲਾਨਾ ਚੀਜ਼ ਕਿਹਾ ਹੈਗੀ ਆ ਫਲਾਨੀ ਚੀਜ਼ ਕਿਹਾ ਹੈਗੀ ਆ ਸਾਰੇ ਖੇਤ ਚੈੱਕ ਕਰ ਲੈ ਬਾਕੀ ਜਿਹਦੇ 'ਚ ਮੈਂ ਗ੍ਰੀਨਡੂੰਗ ਬੀਜਿਆ ਉਹਨੂੰ ਮੈਂ ਦੱਸ ਦੇਣਾ ਫਲਾਨੇ ਫਲਾਨੇ ਖੇਤ 'ਚ ਮੈਂ ਹਰਿਆਲੀ ਬੀਜੀ ਹੋ ਆ ਕਿਉਂਕਿ ਮੈਨੂੰ ਦਸਾਂ ਖੇਤਾਂ ਦੇ ਮਗਰ ਦੋ ਖੇਤ ਛੱਡਣੇ ਪੈਣੇ ਆ ਹਰਿਆਲੀ ਲਈ 20% ਹਾਂ ਉਹ ਵਾਹੁਣਾ ਪੈਣਾ ਫਿਰ ਕਿਉਂਕਿ ਫਿਰ ਵੀ ਉਹ ਤਦੇ ਹੀ ਬਣਦੀ ਹੈ ਨਾ ਕੁਦਰਤ ਜਿਹੜੀ ਉਹ ਲੋਕਾਂ ਦਾ ਵੀ ਤੁਸੀਂ ਧੱਕਾ ਨਹੀਂ ਕਰ ਸਕਦੇ ਨਾ ਖੇਤਾਂ ਦੇ ਨਾਲ ਇੰਨਾ ਧੱਕਾ ਕਰਕੇ ਹੁਣ ਜਾਂ ਦੇਖ ਲਿਆ ਉਹ ਕਹਿਣਾ ਚੱਲ ਮੁੜ ਬੇ ਸਿੰਘ ਚੱਲੀਏ ਹੁਣ ਫਿਰ ਦਫ਼ਤਰ ਲੈ ਜਾਣਾ ਮੈਨੂੰ ਹੁਣ ਕਹਿਣਾ ਵੀ ਮੈਂ ਤੇਰੇ ਆਲੂ ਵੀ ਦੇਖ ਲਏ ਤੇਰੀ ਪਾਲਕ ਵੀ ਦੇਖ ਲਈ ਆ ਤੇਰੇ ਬੂਟੇ ਵੀ ਬੀਜੇ ਉਹ ਵੇਖ ਲੈ ਤੇਰੇ ਕੱਦੂ ਵੀ ਵੇਖ ਲੈ ਤੇਰੀਆਂ ਛੱਲੀਆਂ ਵੀ ਵੇਖ ਲਈਆਂ ਤੇਰੇ ਗ੍ਰੀਨ ਡੂੰਗ ਵੀ ਮੈਂ ਦੇਖ ਲਿਆ ਹੁਣ ਤੂੰ ਇਹਦੀਆਂ ਰਸੀਦਾਂ ਲਿਆ ਜਿੱਥੋਂ ਜਿੱਥੋਂ ਇਹ ਚੀਜ਼ਾਂ ਖਰੀਦੀਆਂ ਆ ਬੀਜ ਖਰੀਦੇ ਆ ਅੱਛਾ ਵੀ ਬੀਜ ਵੀ ਸਰਟੀਫਾਈਡ ਹੀ ਹੋਣੇ ਚਾਹੀਦੇ ਹਾਂ ਫਿਰ ਉਹ ਮੈਂ ਬੀਜ ਖਰੀਦਿਆਂ ਦੀਆਂ ਰਸੀਦਾਂ ਦੇਣੀਆਂ ਵੀ ਜਿਹੜਾ ਆਲੂ ਆਹ ਫਾਰਮ ਤੋਂ ਲਏ ਉਹ ਬੀਜ ਉਹ ਬੀਜ ਆ ਕੱਦੂਆਂ ਦੇ ਵੀ ਬੀਜ ਉਹ ਆਹ ਫਾਰਮ ਤੋਂ ਲਏ ਆ ਫਲਾਨੀ ਵੀ ਚੀਜ਼ ਆਹ ਫਾਰਮ ਤੋਂ ਲਈ ਆ ਫਿਰ ਹੁਣ ਕਹਿਣਾ ਵੀ ਠੀਕ ਆ ਵੀ ਹੁਣ ਤੂੰ ਇੱਦਾਂ ਕਰ ਬਈ ਹੁਣ ਫਿਰ ਕਹਿਣਾ ਵੀ ਆਪਣੀ ਰਿਪੋਰਟ ਦੇ ਜਿਹੜੀ ਤੂੰ ਮਿੱਟੀ ਲੈਬੋਰ 'ਚ ਭੇਜੀ ਸੀ ਵੀ ਤੇਰੀ ਮਿੱਟੀ ਜਿੱਥੇ ਤੂੰ ਆਲੂ ਬੀਜੀਏ ਉਹ 'ਚ ਕਿੰਨਾ ਕੈਲਸ਼ੀਅਮ ਸੀ ਕਿੰਨਾ ਮੈਗਨੇਜ਼ੀਅਮ ਸੀ ਕਿੰਨਾ ਸਟਿਕਟੋਪ ਸੀ ਉਹ 'ਚ ਕਿੰਨੀ ਤਾਕਤ ਸੀ ਉਹ ਵੀ ਕਿਉਂਕਿ ਲੈਬੋਰ 'ਚ ਪਹਿਲਾਂ ਹਰੇਕ ਸਾਲ ਭੇਜ ਕੇ ਸ਼ੁਰੂਆਤ ਹੋਣੀ ਤੁਹਾਡੀ ਅਤੇ ਉਹ ਮੈਂ ਦੇਣੀ ਉਹਨੂੰ ਚੀਜ਼ ਫਿਰ ਹੁਣ ਕਹਿਣਾ ਠੀਕ ਆ ਹੁਣ ਕਹਿਣਾ ਸਟੋਰਾਂ 'ਚ ਚੱਲ ਆਪਣੇ ਜਿਹੜੇ ਤੇਰੇ ਕੋਲਡ ਸਟੋਰ ਆ ਜਾਂ ਹੁਣ ਕਹਿਣਾ ਖੱਤਿਆਂ ਦੇ ਵਿੱਚ ਮੈਨੂੰ ਕਹਿ ਦੇਣਾ ਵੀ ਆਹ 10 ਮੀਟਰ ਲੰਘ ਕੇ ਇੱਕ ਮੁੱਠ ਪਾਲਕ ਦੀ ਲਿਆ ਇੱਥੋਂ 4 ਕਾਲੂ ਪੱਟ ਲਿਆ ਇੱਥੋਂ 2 ਕੱਦੂ ਚੱਕ ਲਿਆ ਉਹਨੇ ਫਿਰ ਨਾਲ ਲੈ ਜਾਣਾ ਵੀ ਇਹਨੇ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਫਿਰ ਉਹਨੇ ਜੇ ਉਹਨੇ ਜੇ ਤਾਂ ਲੈਬੋਰ 'ਚ ਭੇਜ ਦੇਣੇ ਉਹਨੇ ਕਹਿਣਾ ਜੇ 2 ਤੇ 4 ਹਫ਼ਤੇ ਚਿੱਠੀ ਆ ਗਈ ਗਿਲਟੀ ਤੁਸੀਂ ਫਿਰ ਤੁਸੀਂ ਜੁਰਮਾਨੇਦਾਰ ਆ ਸਾਨੂੰ ਮਿਲਣਾ ਪੈਣਾ ਜੇ ਨਹੀਂ ਆਏ ਤਾਂ ਸਾਨੂੰ ਤੁਸੀਂ ਕਲੀਅਰ ਆ ਕਲੀਅਰ ਹੋ ਫਿਰ ਤੁਸੀਂ ਵੇਚ ਸਕਦੇ ਹੋ ਸਰਟੀਫਿਕੇਟ ਇਸ਼ੂ ਹੋ ਜਾਂਦਾ ਦੂਸਰੀ ਗੱਲ ਤੁਹਾਡੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਮਹਿਕਮਾ ਮੇਰੀ ਮੈਂ ਜਿੱਦਾਂ ਮੇਰੀ ਪਹਿਲਾਂ ਫਾਰਮ ਆਬੋ ਸੀਗੀ ਆਬੋ ਕਹਿੰਦੇ ਘਰਾਂ 'ਚ ਡਿਲੀਵਰੀ ਕਰਨ ਵਾਲਿਆਂ ਨੂੰ ਆਬੋ ਗੋਭੀ ਪਾਤੀ ਆਲੂ ਪਾਤੇ ਪਾਲਕ ਪਾਤੀ ਰਡੀਸ ਨਾਲ ਨਿੱਕੇ ਨਿੱਕੇ ਪਾਤੇ ਹਾਂਜੀ ਨਾਲ ਇੱਕ ਪੇਤਰਸੀਲੀ ਇਹਨਾਂ ਦਾ ਧਨੀਆ ਪਾਤਾ ਜੇ 2 ਚੀਜ਼ਾਂ ਨਾਲ ਉਹਨਾਂ ਨੇ ਹੋਰ ਲਿਖ ਕੇ ਨੈੱਟ ਤੇ ਪਾਉਣੀਆਂ ਪੈਣੀਆਂ ਜੇ ਕਿਸੇ ਨੇ ਬੰਦ ਗੋਭੀ ਲੈਣੀ ਜਾਂ ਟਮਾਟਰ ਲੈਣੇ ਜਾਂ ਖੀਰੇ ਉਹ ਵੀ ਲੈ ਸਕਦਾ ਬਦਲ ਸਕਦਾ ਉਹਨਾਂ 'ਚੋਂ ਔਨਲਾਈਨ ਆਰਡਰ ਆਉਂਦੇ ਸੀ ਤੁਹਾਨੂੰ ਸਾਡੇ ਮੇਰਾ ਕੰਮ ਬਹੁਤ ਸੀ 45 ਗੋਰੇ ਗੋਰੀਆਂ ਕੰਮ ਕਰਦੇ ਸੀ ਹੁਣ ਤਾਂ ਮੈਂ ਥੋੜ੍ਹੇ ਲੱਤ ਦਾ ਨੁਕਸ ਕਰਕੇ ਘਟਾਇਆ ਆਪਣੇ 8 ਮਾਰਕੀਟਾਂ ਸੀ ਮਾਲਾਂ ਚੱਲਦੀਆਂ ਸੀ ਆਪਣੇ ਕੰਪਿਊਟਰ ਸਿਸਟਮ ਦੇ ਨਾਲ ਆਪਣੇ ਆਪ ਗਾਹਕ ਦਾ ਪਤਾ ਲੱਗਦਾ ਸੀ ਕੀ ਆ ਪਾਕੇ ਹੋਰ ਪੈਕਿੰਗ ਵਾਲੇ ਦਫ਼ਤਰ ਵਾਲੇ ਹੋਰ ਮਾਰਕੀਟਾਂ ਵਾਲੇ ਹੋਰ ਡਿਲੀਵਰੀ ਕਰਨ ਵਾਲੇ ਹੋਰ ਖੇਤਾਂ 'ਚ 10-12 ਹੋਰ ਹਨਾ ਚੇਨ ਬਣੀ ਹੋਈ ਸੀ ਚੇਨ ਬਣੀ ਹੋਈ ਸੀਗੀ ਜਿੱਦਾਂ ਜਦੋਂ ਆਬੋ ਦੇ ਜਦੋਂ ਮੈਂ ਰਡੀਸ ਆ ਹੁਣ ਮੇਰੇ ਛੋਟੇ ਛੋਟੇ ਉਹ ਜਦੋਂ ਤੁਸੀਂ ਉਹਨੂੰ ਅਗਲੇ ਹਫ਼ਤੇ ਉਹ ਤੋਂ ਬਾਅਦ ਉਹ ਵੱਡੇ ਹੋ ਜਾਣੇ ਪਾਰਟ ਜਾਣੇ ਮੈਂ ਉਹਨਾਂ ਚਿੱਠੀ ਲਿਖ ਦਿੰਦਾ ਸੀ ਹਰੇਕ ਗਾਹਕ ਨੂੰ ਕੰਪਿਊਟਰ ਇੱਕੋ ਵਾਰੀ ਲਿਖੀ ਚੱਲ ਜਾਂਦੀ ਸੀ ਵੀ ਬਾਈ ਮੈਂ ਤੁਹਾਨੂੰ ਪਹਿਲਾਂ ਦੇ ਤੇ 1 ਯੂਰੋ 60 ਸੈਂਟ ਨੂੰ ਮੈਂ ਹੁਣ 1.40 ਨੂੰ 20 ਸੈਂਟ ਘੱਟ ਕਰ ਦੂੰਗਾ ਤੁਹਾਡੇ ਲਈ ਬੀਜੇ ਆ ਤੁਹਾਨੂੰ ਲੈਣੇ ਪੈਣੇ ਆ ਵੀ ਮੇਰੇ ਤਾਂ ਹੋ ਜੂਗੇ ਖਰਾਬ ਤੁਸੀਂ 3 ਹਫ਼ਤੇ ਉਹ ਕਲਟੂਰ ਪਾ ਨਹੀਂ ਸਕਦੇ ਉਹ ਫਸਲ ਨਹੀਂ ਪਾ ਸਕਦੇ ਉਹ ਮੈਨੂੰ ਕੋਈ ਨਾ ਕਰਦਾ ਹੀ ਨਹੀਂ ਸੀ ਮੈਂ ਸਿੱਧ ਪੱਧਰਾ ਤੇ ਸੱਚ ਨਾਲ ਚੱਲਦਾ ਉਸ ਕਰਕੇ ਗਾਹਕ ਵੀ ਉਵੇਂ 'ਚ ਵਿਸ਼ਵਾਸ ਕਰਨ ਲੱਗ ਜਾਂਦਾ ਵੀ ਬੰਦਾ ਜੈਨੂਨ ਆ ਹਾਂ ਕਈ ਕਈ ਜਗ੍ਹਾ ਦੇ ਉੱਤੇ ਚੀਜ਼ਾਂ ਇਹ ਜਿਹੜੇ ਨਾ ਆਹ ਏਰੀਆ ਮਕਾਇਜ਼ਰ ਸਟੂਲ ਦੇ ਲੋਕ ਆ ਇਹਨਾਂ ਦਾ ਮੰਨਣਾ ਇਹ ਆ ਵੀ ਜਿੱਥੇ ਅਸੀਂ ਹੁਣ ਤੁਸੀਂ ਸੋਚੋ ਕਈ ਬੰਦੇ ਕਹਿੰਦੇ ਯੂਰਪ ਤੋਂ ਅਸੀਂ ਇੰਡੀਆ ਗਏ ਸਾਡਾ ਪੇਟ ਖਰਾਬ ਹੋ ਗਿਆ ਫਿਰ ਆਪੇ ਕਹਿੰਦੇ ਪੌਣ ਪਾਣੀ ਜਿਹੜਾ ਹਵਾ ਪਾਣੀ ਨਾਲ ਚੇਂਜ ਹੋ ਗਿਆ ਤੁਹਾਡੇ ਸੈੱਲ ਇਸ ਇੱਥੇ ਕਲੀਮਾ 'ਤੇ ਲੱਗੇ ਹੋਏ ਆ ਉਹ ਫਿਰ ਇੱਥੋਂ ਹੀ ਸ਼ਹਿਦ ਲੈਂਦੇ ਆ 50 ਕਿਲੋਮੀਟਰ 'ਚੋਂ ਇੱਥੋਂ ਹੀ ਸਹੀ ਗੋਰੇ ਜਿਹੜੇ ਉਹਨੇ ਇੱਥੋਂ ਹੀ ਕੇਜ਼ੇ ਲੈਣੇ ਆ ਜਿਹੜਾ ਵੀ ਚੀਜ਼ ਲੈਣੀ ਸਬਜ਼ੀ ਲੈਣੀ ਆ ਮੀਟ ਲੈਣਾ ਉਹਨੇ ਫਿਰ 50 ਕਿਲੋਮੀਟਰ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਦੀਆਂ ਉਹੀ ਲੈਂਦੇ ਅਸਲੀ ਵੀ ਉਹ ਲੋਕ ਇਹ ਗੱਲ ਜ਼ਰੂਰ ਮੈਂ ਰਿਪੀਟ ਕਰਨੀ ਚਾਹੂੰਗਾ ਇੱਥੇ ਬਹੁਤ ਜਿਹੜੀ ਸੋਚਣ ਵਾਲੀ ਗੱਲ ਆ ਵੀ ਕੁਦਰਤ ਨੇ ਹਲਕਿਆਂ ਦੇ ਹਿਸਾਬ ਨਾਲ ਚੀਜ਼ਾਂ ਮੰਡੀਆਂ ਹੋਈਆਂ ਰੰਗ ਗੋਰੇ ਕਾਲੇ ਅੱਡੋ ਅੱਡ ਦੇ ਕੱਦ ਕਾਠ ਅੱਡੋ ਅੱਡ ਦੇ ਬਾਲ ਆਪਾਂ ਦੇਖਦੇ ਹਾਂ ਦੁਨੀਆ ਦੇ ਵਿੱਚ ਅੱਖਾਂ ਦੇ ਸਾਈਜ਼ ਅੱਡੋ ਅੱਡ ਦੇ ਉਹ ਉਸ ਏਰੀਏ ਦਾ ਜਦੋਂ ਬਾਈ ਕਲਾਈਮੇਟ ਕਹਿੰਦਾ ਤਾਂ ਕਲਾਈਮੇਟ ਦੀ ਗੱਲ ਆ ਵੀ ਕਲਾਈਮੇਟ ਦੇ ਹਿਸਾਬ ਨਾਲ ਉਹ ਉਹਨਾਂ ਨੂੰ ਉਹਨਾਂ ਦੀ ਬੋਡੀਆਂ ਉਹਨਾਂ ਦੀ ਕਲੀਮਾ ਕਹਿੰਦੇ ਤੁਸੀਂ ਜੋ ਟੈਂਪਰੇਚਰ ਕਹਿੰਦੇ ਹੋ ਤਾਂ ਉਹ ਕਲੀਮੇ ਦੇ ਹਿਸਾਬ ਨਾਲ ਹੀ ਇਹ ਸਾਰਾ ਕੁਛ ਡਿਜ਼ਾਈਨ ਕੀਤਾ ਹੋਇਆ ਅਤੇ ਗੋਰਿਆਂ ਦੀ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ ਉਹ ਕਹਿੰਦੇ ਵੀ ਜੇ ਤੁਸੀਂ ਆਪਦੇ ਜਿਹੜੀ ਬੋਡੀ ਤੁਹਾਡੀ ਕਲੀਮੇ ਦੀ
ਯੂਜ਼ ਟੂ ਆ ਜਾਣੀ, ਜਿਹਦੇ ਲਈ ਉਹ ਰੋਜ਼ ਤਿਆਰ ਹੁੰਦੀ ਹੈ। ਤਾਂ ਤੁਸੀਂ ਜਿਹੜੀ ਸ਼ੋਪਿੰਗ ਆ ਜਾਂ ਖਰੀਦ ਫਰੋਖਤ ਵੀ ਉੱਥੋਂ ਹੀ ਕਰੋ, ਜਿਹੜੀਆਂ ਉੱਥੋਂ ਦੀਆਂ ਉੱਗੀਆਂ ਚੀਜ਼ਾਂ ਖਾਓ, ਵਾਤਾਵਰਨ 'ਚ ਜਿਹ 'ਚ ਉਹ ਰਹਿੰਦੇ ਆ ਉਹੀ ਚੀਜ਼ ਨੂੰ ਪਸੰਦ ਕਰਦੇ ਉਸ ਏਰੀਏ ਦੇ। ਇਹ ਗੱਲ ਫੜਨ ਵਾਲੀ ਆ। ਅਸੀਂ ਕਈ ਵਾਰੀ ਆਖਦੇ ਹਾਂ ਵੀ ਸਾਡੇ ਕੋਲ ਫੋਰਨਰ ਫਰੂਟ ਆਇਆ ਜੀ, ਸਾਡੇ ਕੋਲ ਆਸਟ੍ਰੇਲੀਅਨ ਸੰਤਰੇ ਆ ਰਹੇ ਆ, ਸਾਡੇ ਕੋਲ ਫਲਾਨੀ ਚੀਜ਼ ਆ ਰਹੀ ਹੈ, ਕੀਵੀ ਨਿਊਜ਼ੀਲੈਂਡ ਦੇ ਆ ਰਹੇ ਆ। ਉਹ ਕਿਤੇ ਨਾ ਕਿਤੇ ਹੋ ਸਕਦਾ ਸਿਹਤ ਨੂੰ ਸਹੀ ਦੀ ਥਾਂ 'ਤੇ ਖਰਾਬੀ ਵੀ ਕਰਨ। ਮੈਂ ਇੱਥੇ ਗੱਲਬਾਤ ਬੜੀ ਵਧੀਆ ਚੱਲ ਰਹੀ ਹੈ ਜੀ, ਅਤੇ ਪਰ ਗੱਲਬਾਤ 'ਚ ਥੋੜ੍ਹਾ ਜਿਹਾ ਮੈਂ ਫਿਰ ਇੱਕ ਵਾਰੀ ਕਹਿ ਦਿਆਂ, ਕਈ ਵਾਰੀ ਵਿੱਚ ਦੀ ਲੋਕ ਜੁੜਦੇ ਆ। ਜੇਕਰ ਤੁਹਾਡਾ ਖੇਤੀ ਨਾਲ ਇੰਟਰਸਟ ਆ, ਖੇਤੀ ਬਾਰੇ ਤੁਸੀਂ ਜਾਣਨਾ ਚਾਹੁੰਦੇ ਆ, ਤਾਂ ਬੜੀਆਂ ਹੀ ਕੀਮਤੀਆਂ ਬੇਸ਼ਕੀਮਤੀ ਗੱਲਾਂ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤਾਈਂ ਦੇਖਿਓ। ਕਈ ਵਾਰੀ ਕੀ ਹੁੰਦਾ, ਦਰਸ਼ਕ ਨਾ ਅਧੂਰੀ ਗੱਲ ਦੇਖ ਕੇ, ਅਧੂਰਾ ਕੋਈ ਗੱਲ ਦੇਖ ਕੇ ਉਹਨਾਂ ਨੂੰ ਐਂ ਲੱਗਦਾ ਵੀ ਬਾਈ ਨੂੰ ਕਹਿਣਾ ਤਾਂ ਬਾਇਓ ਨਹੀਂ ਆਉਂਦਾ, ਵੀ ਉਹ ਕਹੀ ਜਾਂਦਾ ਅਤੇ ਗੱਲਾਂ ਵੱਡੀਆਂ ਕਰਦਾ। ਇੱਦਾਂ ਨਹੀਂ ਹੈ, ਇੱਦਾਂ ਮਿਸਜੱਜ ਨਹੀਂ ਕਰੀਦੀ ਹੁੰਦੀ, ਕਿਤਾਬ ਦੇ ਵਰਕੇ ਫਰੋਲ ਕੇ ਨਹੀਂ ਹੋ ਸਕਦਾ। ਮੈਨੂੰ ਵੀ ਜਦੋਂ ਬਾਈ ਨੇ ਦੋ ਤਿੰਨ ਵਾਰੀ ਬੀਓ ਕਿਹਾ ਤਾਂ ਮੈਨੂੰ ਵੀ ਲੱਗਿਆ ਵੀ ਬੀਓ ਕੀ ਸ਼ਬਦ ਹੋਇਆ, ਤਾਂ ਮੈਂ ਪੁੱਛ ਲਿਆ। ਤਾਂ ਬਾਈ ਹੋਰਾਂ ਨੇ ਦੱਸਿਆ ਵੀ ਇੱਥੇ ਜਿਹੜਾ ਪ੍ਰੋਨਾਊਂਸੀਏਸ਼ਨ ਆ, ਏ ਨੂੰ ਆ ਬੋਲਦੇ ਆ, ਬੀ ਨੂੰ ਐਫ ਬੋਲਦੇ ਆ, ਅਤੇ ਇੰਨਾ ਚਿਰ ਜਰਮਨ 'ਚ ਰਹਿ ਕੇ ਇਹਨੂੰ ਬੀ ਓ ਕਹਿੰਦੇ ਆ, ਇੱਥੇ ਆਪਾਂ ਬਾਇਓ ਕਹਿੰਦੇ ਹਾਂ। ਸੋ ਸਾਨੂੰ ਰਿਕਾਰਡ ਕਰਨਾ ਚਾਹੀਦਾ ਇਹਨਾਂ ਦੀ ਲੈਂਗੁਏਜ ਦਾ, ਜਿਹੜੀ ਲੈਂਗੁਏਜ ਵਰਤੋਂ 'ਚ ਰੋਜ਼ ਕਰਦਾ ਉਹ ਬੰਦੇ ਦੀ ਮੱਲੋ ਜਿਹੜੀ ਜ਼ਬਾਨ 'ਤੇ ਚੜ੍ਹੀ ਹੁੰਦੀ ਆ। ਸੋ ਕੋਈ ਵੀ ਚੀਜ਼ 'ਚੋਂ ਕਿੰਤੂ ਪਰੰਤੂ ਦੀ ਥਾਂ 'ਤੇ ਗਿਆਨ ਕੱਢ ਲਿਓ ਇਸ 'ਚੋਂ। ਇੱਦੋਂ ਵੱਧ ਗਿਆਨ ਤੁਹਾਨੂੰ ਇਸ ਮਾਮਲੇ 'ਚ ਨਹੀਂ ਨਿਕਲਣਾ ਕਿਤੇ, ਜੇ ਤੁਸੀਂ ਇਸ ਚੈਨਲ ਨਾਲ ਜੁੜੇ ਹੋ। ਸਾਨੂੰ ਵੀ ਇਸ ਚੈਨਲ ਦੇ ਉੱਤੇ ਇਹੋ ਜਿਹੀਆਂ ਵੀਡੀਓ ਪਾ ਕੇ ਆਨੰਦ ਆਉਂਦਾ। ਲੈ ਕਿੰਨੇ ਵਾਲੀ ਗੱਡੀ ਲੰਘ ਗਈ ਬਾਈ? ਇਹ ਤਾਂ ਹੁਣ ਪਤਾ ਨਹੀਂ, ਹੁਣ ਆਪਾਂ ਕਿਹੜਾ, 12 ਗਾਲੀ ਲੰਘ ਗਈ। ਚੱਲ ਹੁਣ 12 ਵਜੇ ਦੀ ਹੋਊਗੀ, 12 ਫਿਰ ਹੁਣ ਪਤੀਲੀ ਧਰੀਏ ਚਾਹ, ਖੂਹ 'ਤੇ ਜਾਵਾਂਗੇ, ਫਿਰ ਉੱਥੇ ਜਾ ਕੇ ਬਾਈ 'ਤੇ ਦੇਖਦੇ ਹਾਂ। ਸੋ ਬਾਈ ਜੀ, ਗੱਲ ਬਾਇਓ ਦੇ ਮਾਮਲੇ 'ਚ ਮੈਂ ਜਿੰਨੀ ਕੁ ਮੈਨੂੰ ਸਮਝ ਆਈ ਕਾਫੀ ਹੱਦ ਤੱਕ ਆ ਗਈ ਆ, ਵੀ ਤੁਸੀਂ ਕਿਵੇਂ ਜ਼ਮੀਨ ਨੂੰ ਤਿਆਰ ਕਰਕੇ ਅਤੇ ਕਿਵੇਂ ਉਹ ਰੈਡੀ ਕਰਦੇ ਹਾਂ। ਮੈਨੂੰ ਇੱਕ ਗੱਲ ਦੱਸਿਓ ਵੀ ਇਹ ਤਾਂ ਤੁਸੀਂ ਬਾਇਓ ਖੇਤੀ ਕਰ ਰਹੇ ਹੋ, ਕੀ ਇੱਥੇ ਕਿੰਨੇ ਪਰਸੈਂਟ ਕਿਸਾਨ ਆ, ਚਾਹੇ ਉਹ ਜਰਮਨੀ ਜੱਟ ਆ, ਚਾਹੇ ਆਪਣੇ ਤਾਂ ਦੇਸੀ ਤਾਂ ਇੱਥੇ ਤੁਹਾਨੂੰ ਪਤਾ ਘੱਟ ਆ, ਅਤੇ ਉਹ ਕਿੰਨੇ ਪਰਸੈਂਟ ਲੋਕ ਆ ਜਿਹੜੀ ਬਾਇਓ ਖੇਤੀ ਕਰ ਰਹੇ ਆ? ਇਹ ਜਿਹੜਾ ਨਾ ਤੁਸੀਂ ਮੱਲਾ ਕੁਐਸਚਨ ਕੀਤਾ ਨਾ, ਇਹ ਬੜਾ ਸਿਰੇ ਦਾ ਕੀਤਾ ਆ। ਮੈਂ ਇਹ ਸੋਚ ਨੂੰ ਇੰਡੀਆ ਵੀ ਤੁਹਾਡੀ ਸੋਚ ਨੂੰ ਘੁਮਾ ਕੇ ਲਿਆਉਂਦਾ। ਜੀ ਜੀ, ਜੇ ਹੈ ਨਾ ਸਾਰੇ ਬਾਇਓ ਖੇਤੀ ਕਰਨ ਲੱਗ ਜਾਣ, ਉਹ ਦੇਸ਼ ਜਿਹੜਾ ਤੁਸੀਂ ਉਹਨੂੰ ਕਵਰ ਨਹੀਂ ਕਰ ਸਕਦੇ। ਇੱਕ ਤਾਂ ਇਹ ਮਹਿੰਗੀ ਬਹੁਤ ਹੁੰਦੀ ਆ, ਇੱਕ ਇਹਦੀ ਜਿਹੜੀ ਆ ਔਸਤ ਬਹੁਤ ਘੱਟ ਹੁੰਦੀ ਆ, ਪ੍ਰੋਡਕਸ਼ਨ ਬਹੁਤ ਘੱਟ ਆ। ਜਿੱਦਾਂ ਗੋਭੀ ਕੈਮੀਕਲ ਵਾਲੀ ਆ, ਜਿਹਨੂੰ ਦਵਾਈ ਪਾਉਂਦੇ ਆ, ਉਹ 8-9 ਹਫ਼ਤਿਆਂ ਦੇ ਵਿੱਚ 1.5 ਕਿਲੋ 2 ਦਾ ਹੋ ਜਾਂਦਾ ਫੁੱਲ, ਸਾਡਾ ਬਾਈ 12 ਹਫ਼ਤੇ ਬਾਅਦ ਜਾ ਕੇ ਵੀ 300-400 ਗ੍ਰਾਮ ਦਾ ਹੋਣਾ। ਇਸ ਕਰਕੇ ਫਿਰ ਮਹਿੰਗੀ ਬਹੁਤ ਹੁੰਦੀ ਆ, 6-7 ਰੁਪਈਏ ਕਿਲੋ ਅਸੀਂ ਗੋਭੀ ਦਿੰਦੇ ਹਾਂ, ਟਮਾਟਰ 7-8 ਰੁਪਏ ਨੂੰ ਦਿੰਦੇ ਹਾਂ, ਕਿਉਂਕਿ ਸਾਡੀ ਮਿਹਨਤ ਬਹੁਤ ਆਉਂਦੀ ਆ। ਠੀਕ ਹੈ, ਸਾਨੂੰ ਕੋਈ ਰੋਕਦਾ ਨਹੀਂ, ਸਾਨੂੰ ਕੋਈ ਕਿੰਤੂ ਨਹੀਂ ਕਰਦਾ ਗੋਰਾ ਤੁਸੀਂ ਮਹਿੰਗੀ ਕਾਹਤੇ ਦਿੰਦੇ ਹਾਂ। ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜੇ ਜ਼ਿਆਦਾ ਕਿਤੇ ਫਸਲ ਦੇ ਉੱਤੇ ਘਾਹ ਬਾਹਲਾ ਹੀ ਮੀਂਹ ਪਈ ਜਾਂਦਾ, ਘਾਹ ਕੱਢਣਾ ਪਿਆ, ਯਾਰ ਮੈਂ ਚਿੱਠੀ ਲੈ ਕੇ ਦਿੰਦਾ, ਯਾਰ ਮੈਂ ਦੇਖੋ ਮੇਰਾ ਖਲੋਵੋ, ਮੈਂ ਤੁਹਾਡੇ ਲਈ ਬੀਜੀ ਹੋਈ ਆ। ਮੈਨੂੰ ਕੋਈ ਉਹ ਤਾਂ ਕਮੈਂਟ ਕਰਦੇ ਨਹੀਂ ਮਾੜਾ ਵਿਕਾਹ 'ਤੇ, ਕਹਿੰਦੇ ਠੀਕ ਆ ਅਸੀਂ ਤੇਰੇ ਨਾਲ ਹੈ ਐਤਕੀ, ਸਾਨੂੰ ਵੀ ਪਤਾ ਵੀ ਵੈਦਰ ਬਹੁਤ ਮਾੜਾ ਰਿਹਾ। ਠੀਕ ਹੈ ਕਿ ਨਹੀਂ? ਦੂਸਰੀ ਗੱਲ, ਜੇ ਆਪਾਂ ਨਾ ਸਾਰੀ ਕੋਈ ਵੀ ਕੰਟਰੀ ਦੇਸੀ ਚੀਜ਼ ਨੂੰ ਉਗਾ ਕੇ ਉਹ ਕੰਟਰੀ ਨੂੰ ਕਵਰ ਨਹੀਂ ਕਰ ਸਕਦੀ। ਤੁਸੀਂ ਕਈ ਵਾਰੀ ਸੁਣਿਆ ਵੀ ਇੰਡੀਆ ਗੋਦਾਮਾਂ ਦੇ ਵਿੱਚ ਮੀਂਹ ਦੇ ਨਾਲ, ਦੇਖੋ ਕਈ ਪੱਤਰਕਾਰ ਜਾਂਦੇ ਆ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ, ਮੈਂ ਮਾਫ਼ ਕਰਨ ਉਹ ਮੈਨੂੰ, ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ, ਤਰਪਾਲਾਂ ਦੇ ਕੇ ਤੁਹਾਨੂੰ ਪਤਾ ਕਈ ਲੱਖ ਟਨ ਕਣਕ ਢੱਕੀ ਉਹ ਹੁੰਦੀ ਆ। ਨਹੀਂ ਤੁਸੀਂ ਮੰਨਦੇ ਇਹ? ਬਿਲਕੁਲ, ਉਹ ਮੀਂਹ ਦੇ ਵਿੱਚ ਰੁੜਦੀ ਆ ਨਾ। ਬਿਲਕੁਲ ਰੁੜਦੀ ਆ, ਉਹ ਗੌਰਮੈਂਟ ਨੇ ਬਾਈ ਰੁੜ ਨੂੰ ਰੱਖੀ ਉਹ ਹੁੰਦੀ ਆ। ਉਹ ਪੁੱਛੋ ਮੇਤੋਂ ਕਿਉਂ ਜੀ, ਕੱਲ ਨੂੰ ਇੰਡੀਆ ਦੇ ਵਿੱਚ ਕਾਲ ਪੈ ਗਿਆ, ਉਹਨੀ ਉਹ ਗੋਦਾਮਾਂ ਦੀ ਫਾਰਮ ਜਿਹੜੀ ਆ ਉਹਨੀ ਉਹ ਗਲ ਗਈ, ਉਹਨੀ ਚੱਕ ਕੇ ਸਿੱਟ ਦੇਣੀ, ਫੇਕ ਸਰਕਾਰ ਨੇ ਖਰੀਦ ਲੈਣੀ ਆ, ਖਰੀਦ ਲੈਣੀ, ਉਹਨੀ ਸਾਂਭਣੀ ਦੁਨੀਆ ਕਿੱਦਾਂ ਆ? ਬਜਟ ਹੁੰਦੇ ਆ ਇਹ ਸਰਕਾਰ ਦੇ, ਐਮਰਜੈਂਸੀ ਬਜਟ, ਐਮਰਜੈਂਸੀ ਦੇ। ਇੱਦਾਂ ਬਾਈ ਇੱਥੇ ਚੱਲਦਾ ਆ, ਇੱਥੇ ਵੀ ਸਟੋਰ ਕਰਦੇ ਆ ਆਪਣੀਆਂ ਜਿਹੜੀਆਂ ਸੁੱਕੀਆਂ ਰਸਤਾ ਆ, ਉਹਨੇ ਸਟੋਰ ਕਰਦੇ ਆ। ਸੋ ਕਹਿਣ ਦਾ ਭਾਵ, ਸਾਰੇ ਨਹੀਂ ਬਾਇਓ ਕਰ ਸਕਦੇ, ਅਤੇ ਨਾ ਹੀ ਇਸ ਨਾਲ ਚੱਲ ਜਾਣਾ, ਸਿਸਟਮ ਨਹੀਂ ਚੱਲਣਾ, ਮਾਰਕੀਟਾਂ ਖਾਲੀ ਹੋ ਜਾਣਗੀਆਂ, ਲੋਕਾਂ ਨੂੰ ਮਿਲਣੀਆਂ ਨਹੀਂ ਚੀਜ਼ਾਂ। ਸੋ ਫਿਰ ਵੀ ਕਿੰਨੇ ਕੁ ਲੋਕ ਆ ਜਿਹੜੇ ਇੱਥੇ ਕਰਦੇ ਆ ਜੀ? ਇੱਥੇ ਜਿਹੜਾ ਇੱਥੇ ਦੇ ਜਿੱਦਾਂ ਜਰਮਨ ਦੇ ਲੋਕ ਜਿਹੜੇ ਬੀਓ ਆ, ਮੈਂ ਦੇਖਿਆ ਜਿਹੜੇ ਹੁਣ ਜਿਹੜੇ ਹੋਰ ਕੰਟਰੀਆਂ 'ਚ ਆਏ ਆ, ਜਿੱਦਾਂ ਉਹ ਮੈਂ ਦੇਖਿਆ 50-50% ਤਾਂ ਛੱਕਦੇ ਆ ਇਹ, 50-60% ਜ਼ਿਆਦਾ, ਬਹੁਤ ਵੱਡਾ 50% ਵੀ ਗਿਣਤੀ ਬਹੁਤ ਵੱਡੀ ਹੈ ਸਾਡੇ ਗੋਰੇ, ਜਿਹੜੇ ਜਰਮਨ ਦੇ ਗੋਰੇ ਇਹਨਾਂ ਦੇ, ਕਿਉਂਕਿ ਇਹਨਾਂ ਦੇ ਹੈਗੀਆਂ ਜੀ ਬਹੁਤ ਅਲਨਾਟੂਰਾ ਫਾਰਮਾਂ ਆ, ਇੱਥੇ ਕੇਤੇ ਚੱਲਦੇ ਆ, ਉਹ ਬਹੁਤ ਜ਼ਿਆਦਾ ਆ। ਫਿਰ ਇੱਥੇ ਹੁਣ ਟੋਫੂ ਦੀਆਂ ਫੈਕਟਰੀਆਂ ਲੱਗੀਆਂ, ਮੇਰਾ ਇੱਕ ਗੋਰਾ ਦੋਸਤ ਆ ਫਰੇਡੀ, ਹੁਣ ਟੋਫੂ ਦੀ ਫੈਕਟਰੀ ਲਾਈ, ਉਹ ਟੋਫੂ ਕਹਿ ਦਿੰਦੇ ਆ ਜੀ, ਆ ਜਿਹੜਾ ਸੋਇਆਬੀਨ ਤੋਂ ਬਣਦਾ, ਹਾਂਜੀ ਸੋਇਆਬੀਨ ਤੋਂ ਪਨੀਰ, ਉਹ ਵੱਖੋ ਵੱਖਰਾ, ਜਿੱਦਾਂ ਉਹਦੀਆਂ ਚਾਪਾਂ, ਬੱਕਰੇ ਦੀ ਚਾਪ ਹੁੰਦੀ ਉਹਦੀ, ਹੁਣ ਵਿੱਚ ਚਾਪ ਬਣਾ ਦਿੱਤੀ ਆ, ਮੇਰੇ ਜਵਾਕ ਜਿਹੜੇ ਆ ਮੀਟ ਨਹੀਂ ਖਾਂਦੇ, ਉਹ ਸ਼ੇਂਕਣ ਬਣਾ ਦਿੱਤੀ ਆ ਜਿਹੜੀ ਪੀਜ਼ੇ 'ਤੇ ਪਾਉਂਦੇ ਆ ਟੋਫੂ ਦੀ ਆ, ਸ਼ਕਲ ਬਿਲਕੁਲ ਉਹ, ਉੱਤੇ ਉੱਤੇ ਵੈਜੀ ਵੈਜੀ ਲਿਖਿਆ ਵੈਗੀਟਾਰੀਸ਼,
हाँ जी बहुत वधिया थानू मैं आप स्टोर च जावे मैं थानू छकाऊंगा लैके भी टोफू जिहड़ा आ सलामी आ हाँ जी शेंकण लगती इदा भी जो मीट हों पर है नहीं हाँ वो हूँ बच्चे आते लोगों ने बहुत लाता एक ऐसी सूर की जीभ के उत्ते कोई माड़ा बीमारी सी वे फिर इतने करते एक हम शहर के फ्राई वर्ग आप जावे उन्होंने उत्थे देखियो लोग खड़े आ बे गाइयां कि कतल करते किदा उन्होंने लत्त में संगल पा के लमकाते कि आरा फेरी जाते दिखाते उत्थे वीडियो वाल फिर लोग जागरूक बहुत हो गए भी जानवरों इदा मारते असी क्यों मीट जिन्ना घट खावे उन्ना असी यह लोगों मीट घट बिकूगा फिर लोग तवज्जो जी हम ज्यादा ये सब्जियां दिती हो गोरे खास करके बहुत घट मीट खाते 60% ये बी देसी चीज़ा छकते चुका सो मैं लगता मैं काफ़ी सवाल तो कवर कर ले जे घर इस विषय से कोई भी गल मैं पूछने रह गया होव तो जरूर दसो तो नहीं फिर आप अगले पड़ाव चलीए नहीं हूँ तुम अमन पूछा सगा भी किस हिसाब के नाल खेती बीओ मिट्टी बनाई जाती है हाँ जी बाकी जो थोड़ा दसिया ग्रीनडिंग ये असं जो बोंदे ना गडोए पैदा होंगे आ गडोए बहुत एक वधिया दोस्त आसी स्परे नहीं करते जिहड़ियां आ भूंडियां जिहियां हुंदियां भूंड हुंदे आ ये जट दे बहुत तकड़े एक फ्रेंड आ ये हाँ जी आ जिहड़ी मखील दी मक्खी आ ये टमाटरां दे फुल दे विच जाके जां मूँह मार दूगी अपनी चुंझ बूटा का सुक जो फल पैण ना हटू पोलीनेशन कर दें पोलीनेशन कर दी है क्योंकि जरूरी तदे असी रखी आ फिर असी उत्थे लिया के रख दे दी कई बार सानू भूंड ही होंगे काले अडड़े वो सानू खरीदना पैंदा बॉक्स वो फिर असी बेच टमाटर दे रखते हैं भी ये घूमन फिरन इन तंदुरुस्ती दे हाँ जी सो बहुत मेहरबानी बई जी तुसीं बड़ियां प्यारियां गल्लां इस मामले च दसियां साडे दर्शक जरूर निहाल होणगे इन्हां गल्लां तों ते इह जिहड़ी लड़ी आ बई जी होरां नाल आपां शूट कर रहे हैं चलदी रहूगी अगले एपीसोड च आपां थोड़ियां जिहियां होर चीज़ां भी बई जी होरां दे खेत दीआं देखदे आं हां जी चलिए जी फिर चलो जी ओके।